ਜਦ ਉੱਥੇ ਤਿਹਾਰ ਜੇਲ੍ਹ ਦੇ ਅੰਦਰ ਉਹ ਜਿਕਾਰਿਆ ਦੀ ਆਵਾਜ਼ ਆਈ ਨਾ ਤਾਜ ਨੂੰ ਲੱਗਿਆ ਉਹਨੂੰ ਨਵੇਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤਾਜ ਨੂੰ ਹੱਥ ਪਾਇਆ ਜਦੋਂ ਆਪਣਾ ਨੇ ਦੇਖਿਆ ਸਾਡਾ ਆਕਾਲ ਤੱਕ ਖਤਰੇ ਚ ਹੈ ਸਾਡੇ ਆਕਾਲ ਤੱਕ ਨੂੰ ਹੱਥ ਪਾਇਆ ਤੇ ਉਹਨਾਂ ਨੇ ਵੀ ਫਿਰ ਕੋਈ ਛੋੜਿਆ ਨਹੀਂ ਉਹਨਾਂ ਨੇ ਵੀ ਸਿੱਧਾ ਆਪਣਾ ਬਦਲਾ ਲਿੱਤਾ ਰਾਸੀ ਬੜੀ ਉਹ ਕਰਦੇ ਵੀ ਉਹਨਾਂ ਦੀ ਕੋਈ ਯਾਦਗਾਰ ਬਣੇ ਸਾਡੇ ਬਾਦ ਆਈ ਕਹਿੰਦੇ ਤੂੰ ਫਿਕਰ ਨਾ ਕਰ ਬਈ ਅੱਜ ਨਹੀਂ ਤਾਂ ਕਈ ਸਾਲਾਂ ਬਾਅਦ ਕਦੀ ਤਾਂ ਕੋਈ ਉਹਨਾਂ ਦੀ ਯਾਦਗਾਰ ਹੋਵੇ ਪ੍ਰਾਈਮ ਟਾਈਮਸ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਹ ਅੱਜ ਅੱਜ ਦੇ ਦਿਨ ਆਪਾਂ ਸ਼ਹੀਦ ਭਾਈ ਕੇਰ ਸਿੰਘ ਹੁਣਾਂ ਨੂੰ ਯਾਦ ਕਰਨ ਲਈ ਬੈਠੇ ਹੋਏ ਆ। ਇਸ ਵੇਲੇ ਮੈਂ ਦਿੱਲੀ 'ਚ ਹਾਂ। ਮੇਰੇ ਨਾਲ ਸ਼ਹੀਦ ਭਾਈ ਕੇਰ ਸਿੰਘ ਦੇ ਪੁੱਤਰ ਸਰਦਾਰ ਸਤਵੰਤ ਸਿੰਘ ਹਾਜ਼ਰ ਨੇ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਉਸ ਕੇਸ ਦੇ ਵਿੱਚ ਤਿੰਨ ਸਿੱਖ ਨਾਮਜ਼ਦ ਕੀਤੇ ਗਏ। ਇੱਕ ਤਾਂ ਸ਼ਹੀਦ ਭਾਈ ਬੀਨਤ ਸਿੰਘ ਜਿਹਨਾਂ ਨੂੰ 3 ਜੁਲਾਈ 1984 ਨੂੰ ਇੰਦਰਾ ਦੇ ਕਤਲ ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ। ਉਸ ਉਪਰੰਤ ਜਿਹੜਾ ਮੁਕੱਦਮਾ ਚੱਲਿਆ ਉਹ ਦੋ ਸਿੱਖਾਂ ਤੇ ਚੱਲਿਆ ਜਿਦੇ ਵਿੱਚ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਰ ਸਿੰਘ ਇਹਨਾਂ ਦੋ ਸਿੱਖਾਂ ਨੂੰ 6 ਜਨਵਰੀ 1990 ਨੂੰ ਫਾਂਸੀ ਦਿੱਤੀ ਗਈ। ਇਹਨਾਂ ਦੋ ਸਿੱਖਾਂ ਦੀ ਸ਼ਹਾਦਤ 1990 ਵਿੱਚ ਹੋਈ। ਇੱਕ ਹੋਰ ਸਿੱਖ ਸਰਦਾਰ ਬਲਬੀਰ ਸਿੰਘ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਅੱਜ ਦੀ ਜਿਹੜੀ ਗੱਲਬਾਤ ਕਰਨ ਲਈ ਅਸੀਂ ਜੁੜੇ ਹਾਂ ਇਸ ਦਾ ਜਿਹੜਾ ਘੀਰਾ ਵਾ ਉਹ ਭਾਈ ਕੇਰ ਸਿੰਘ ਹੁਣਾਂ ਦੀ ਸ਼ਖਸੀਅਤ ਦੇ ਬਾਰੇ ਕਿਉਂਕਿ ਸਾਡੀ ਜਵਾਨ ਹੋ ਰਹੀ ਪੀੜ੍ਹੀ ਜਾਂ ਉਂਝ ਵੀ ਸਾਰੇ ਸਿੱਖ ਸ਼ਹੀਦ ਭਾਈ ਕੇਰ ਸਿੰਘ ਤੇ ਆਪਣੇ ਸਾਰੇ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਆ ਭਾਈ ਸਰਪੰਨ ਸਿੰਘ ਜੋ ਮੇਰੇ ਨਾਲ ਬੈਠੇ ਹੋਏ ਆ ਭਾਈ ਕੇਰ ਸਿੰਘ ਦੇ ਸੁਪੁੱਤਰ ਆ ਇਹ ਉਸ ਸਮੇਂ ਨੌਜਵਾਨ ਸਨ ਅਜੇ ਸਾਰੀਆਂ ਘਟਨਾਵਾਂ ਨੂੰ ਨੇੜੋਂ ਵੇਖਦੇ ਰਹੇ ਤੇ ਇਹਨਾਂ ਨੇ ਜੋ ਕੁਝ ਸਮਾਂ ਹਟਾਇਆ ਆਪਾਂ ਉਥੋਂ ਸ਼ੁਰੂ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਸਾਨੂੰ ਆਪਣੇ ਪਰਿਵਾਰ ਦੇ ਪਿਛੋਕੜ ਬਾਰੇ ਦੱਸੋ ਕਿ ਵਿਸ਼ੱਕ ਤੁਸੀਂ ਅੱਜ ਦਿੱਲੀ ਰਹਿ ਰਹੇ ਹੋ ਤੇ ਕੀ ਤੁਹਾਡਾ ਦਿੱਲੀ ਹੀ ਪੱਕਾ ਟਿਕਾਣਾ ਪਹਿਲਾਂ ਤੋਂ ਪੁਰਖਿਆਂ ਤੋਂ ਰਿਹਾ ਜਾਂ ਤੁਸੀਂ ਪੰਜਾਬ ਦੇ ਪਿਛੋਕੜ ਨਾਲ ਜੁੜੇ ਹੋ ਆ ਨਹੀਂ ਅਸੀਂ ਸਾਡੇ ਸਾਰੇ ਭਰਾਵਾਂ ਦੀ ਪੈਦਾਇਸ਼ ਦਿੱਲੀ ਦੀ ਹੈਗੀ ਹੈ ਲੇਕਿਨ ਸਾਡੇ ਪਿਤਾ ਜੀ 1900 ਕੀ ਕਹਿੰਦੇ 55 ਦੇ ਕਰੀਬ ਪਟਿਆਲੇ ਤੋਂ ਦਿੱਲੀ ਆਏ ਸੀ ਤੇ ਆਪਣੀ ਮਾਸੀ ਜੀ ਦੇ ਘਰ ਸਰੋਜਨੀ ਦੇ ਰਹੇ ਸੀ ਫਿਰ ਉਹਨਾਂ ਨੇ ਬਾਅਦ ਅਸੀਂ ਸਫਦਰ ਜੈ ਇਨਕਲੇਵ ਕ੍ਰਿਸ਼ਨਾ ਨਗਰ ਦੇ ਵਿੱਚ ਉਹਨਾਂ ਨੇ ਤੇ ਸਾਡੀ ਪੈਦਾਇਸ਼ ਉੱਥੇ ਦੀ ਸਾਰੇ ਦੀ ਦਿੱਲੀ ਦੀ ਕ੍ਰਿਸ਼ਨਾ ਨਗਰ ਦੀ ਜੀ ਸਫਦਰ ਜੈ ਇਨਕਲੇਵ ਉਸ ਤੋਂ ਬਾਅਦ ਡੈਡੀ ਨੂੰ ਸਰਕਾਰੀ ਮਕਾਨ ਮਿਲ ਗਿਆ ਐਮਰਜੈਂਸੀ ਦੇ ਵਿੱਚ ਤੇ ਅਸੀਂ ਫਿਰ ਆਰ ਕੇ ਪਰ ਰਹ ਰਹੇ ਸੀ ਯਾਨੀ ਕਿ ਅਸੀਂ 1986 ਤੱਕ ਆਰ ਕੇ ਪਰ ਰਹੇ ਹਾਂ ਹਮ ਜਦੋਂ ਗੱਲ ਕਰੀਏ ਉਹਨਾਂ ਦੀ ਸਖਸ਼ੀਅਤ ਬਾਰੇ ਤੇ ਤੁਸੀਂ ਆਪਣੇ ਪਿਤਾ ਜੀ ਨੂੰ ਕੇਸ ਰੂਪ ਦੇ ਵਿੱਚ ਵੇਖਦੇ ਰਹੇ ਹੋ ਅੱਜ ਜਦੋਂ ਯਾਦ ਕਰਦੇ ਹਾਂ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਜਦੋਂ ਅਜੇ ਉਹ ਜੇਲ੍ਹ 'ਚ ਨਹੀਂ ਸੰਗਏ ਮੁਕਦਮਾ ਨਹੀਂ ਸੀ ਪਿਆ ਆਮ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਬਿਹਾਰ ਬੱਚੇ ਨੂੰ ਜਿਹੜਾ ਪਿਓ ਦਾ ਪਿਆਰ ਹੁੰਦਾ ਉਹ ਕਦੇ ਭੁੱਲਦਾ ਤੇ ਨਹੀਂ ਉਹ ਸਦਾ ਨਾਲ ਰਹਿਣਾ ਤੁਸੀਂ ਉਹਨਾਂ ਦੀਆਂ ਯਾਦਾਂ ਨੂੰ ਕਿਵੇਂ ਚੇਤੇ ਕਰਦੇ ਹੋ ਕਿ ਛੋਟੇ ਹੁੰਦਿਆਂ ਕੋਈ ਉਹੋ ਜਿਹੀਆਂ ਗੱਲਾਂ ਜ਼ਰੂਰ ਦੱਸੋ ਨਹੀਂ ਅਸੀਂ ਸ਼ੁਰੂ ਤੋਂ ਜਾਂ ਬਚਪਨ ਤੋਂ ਇਹ ਹੀ ਦੇਖਦੇ ਆ ਰਹੇ ਸੀ ਉਹ ਗੁਰਬਾਣੀ ਨਾਲ ਜੁੜੇ ਹੋਏ ਸੀ ਪੂਰੇ ਪਰਿਵਾਰ ਨੂੰ ਵੀ ਜੁੜਿਆ ਹੋਇਆ ਸੀ ਆਪਣਾ ਸਵੇਰੇ ਜਦ ਆਫਿਸ ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੇ ਦਰਸ਼ਨ ਕਰਕੇ ਜਾਣੇ ਕ੍ਰਿਸ਼ਨਨਗਰ ਗਲੀ ਦੇ ਵਿੱਚ ਹੀ ਗੁਰਦੁਆਰਾ ਸੀ ਤੇ ਉਹ ਕਈ ਵਾਰ ਡਿਊਟੀਆਂ ਵੀ ਲਗਵਾ ਦਿੰਦੇ ਸੀ ਐਜ਼ ਇਹ ਸੇਵਾ ਪੈਸੇ ਲੈ ਕੇ ਨਹੀਂ ਤੇ ਉੱਥੇ ਦੇ ਭਾਈ ਸਾਹਿਬ ਨੂੰ ਕਹਿੰਦੇ ਸੀ ਮੇਰੀ ਡਿਊਟੀ ਲਗਾ ਦੇਣਾ ਤੇ ਸਵੇਰੇ 4 ਤੋਂ 5 ਜਾਂ 6 ਵਜੇ ਦੇ ਵਿੱਚ ਲਗਾਣਾ ਤੇ ਉਹ ਐਜ਼ ਇੱਕ ਸੇਵਾ ਕਰਦੇ ਸੀ ਡਿਊਟੀ ਕਰ ਰਹੇ ਨੇ ਵੀ ਚੱਲ ਵੀ ਮੈਂ ਇੱਕ ਸੇਵਾ ਕਰ ਲਵਾਂ ਤੇ ਸਾਨੂੰ ਵੀ ਇਹਨੇ ਉਹਨਾਂ ਨੇ ਇਹ ਕਿਹਾ ਵੀ ਗੁਰਬਾਣੀ ਪੜੋ ਸਵੇਰੇ ਉੱਠ ਕੇ ਨਹਾ ਤੋਂ ਕੇ ਆਪਣਾ ਗੁਰਬਾਣੀ ਪੜੋ ਤੇ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਿਆਰ ਨਾਲ ਪਿਆਰ ਮਤਲਬ ਇਹ ਕਿ ਦੋਸਤ ਮੰਗੋ ਸਿਗੇ ਖੁੱਲ ਕੇ ਗੱਲ ਕਰ ਲੈਂਦੇ ਸੀ ਸਾਡੇ ਨਾਲ ਤੇ ਕੋਈ ਵੀ ਸਾਨੂੰ ਕੋਈ ਜ Punjabi ਦੇ ਲਫਜ਼ ਸਾਨੂੰ ਨਹੀਂ ਪਤਾ ਚੱਲਦੇ ਸੀ ਹ ਤ ਅਸੀਂ ਡੈਡੀ ਤੋਂ ਪੁੱਛ ਲੈਣਾ ਪਾਪਾ ਜੀ ਇਹ ਕੀ ਚੀਜ਼ ਹੈ ਕਿੱਦਾਂ ਹੈ ਤੇ ਉਹ ਸਾਨੂੰ ਚੰਗੀ ਤਰ੍ਹਾਂ ਦੱਸ ਦਿੱਤੀ ਜੀ ਅ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਦੀ ਖਬਰ ਤੁਹਾਡੇ ਤੱਕ ਕਿਵੇਂ ਪਹੁੰਚੀ 31 ਅਕਤੂਬਰ ਦੋ ਅਸੀਂ ਤਾਂ ਸਾਰੇ ਬੱਚੇ ਘਰ ਸੀਗੇ ਯਾਨੀ ਤੇ ਸਾਡੇ ਮੰਮੀ ਔਰ ਪਪਾ ਜੀ ਮੈਂ ਬੀਜੀ ਸਾਡੇ ਔਰ ਪਪਾ ਜੀ ਇਹ ਵਿਕਾਸਪੁਰੀ ਸਾਡੇ ਪਿਤਾ ਜੀ ਦੀ ਮਾਸੀ ਸੀਗੀ ਉਹਨੂੰ ਕਹ ਰਹੇ ਸੀ ਕਾਰਡ ਦੇਣ ਜਾਣਾ ਜਦ ਕਿ ਸਾਡੀ ਮਾਤਾ ਜੀ ਨੇ ਮਨਾਂ ਕੀਤਾ ਸੀ ਵੀ ਕਾਰਡ ਅਸੀਂ ਆਰਾਮ ਨਾਲ ਸ਼ੁਰੂ ਕਰਾਂਗੇ ਕਿਉਂਕਿ 11 ਨਵੰਬਰ ਦੀ ਸਾਡੇ ਮੇਰੇ ਤੋਂ ਵੱਡੇ ਭਰਾ ਦੀ ਮੈਰਿਜ ਸੀਗੀ ਤੇ ਫਿਰ ਵੀ ਉਹ ਚਲੇ ਗਏ ਪਰ ਉੱਥੇ ਜਾ ਕੇ ਸਾਡੇ ਮਤਾ ਹੀ ਦੱਸਦੇ ਵੀ ਇਹ ਉਹ ਚਾਹ ਪੀ ਕੇ ਫਟਾਫਟ ਛੇਤੀ ਛੱਕ ਰਹੇ ਸੀ ਛੇਤੀ ਚਲੋ ਛੇਤੀ ਚਲੋ ਤੇ ਉੱਥੇ ਤਾਂ ਸ਼ਾਇਦ 11:00 ਵਜੇ ਜਦ ਪਤਾ ਚੱਲਿਆ ਵੀ ਇੰਦਰਾ ਮਾਰਤੀ ਫਿਰ ਇਹ ਫਟਾਫਟ ਆਪਣੇ ਘਰ ਨੂੰ ਆਏ ਆਰ ਕੇ ਪਰੋ 31 ਦੀ ਗੱਲ 31 ਤਰੀਕ ਦੀ ਹੂੰ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਵਾਪਰਿਆ ਉਸ ਤੋਂ 31 ਤਰੀਕ ਨੂੰ ਤਾਂ ਕੁਝ ਨਹੀਂ ਘਰ 'ਚ ਹੀ ਬੈਠੇ ਸੀ ਸਾਰੇ ਇੱਕ ਦਹਿਸ਼ਤ ਜੀ ਸੀਗੀ ਅੰਨੀ دہشت ਵੀ ਨਹੀਂ ਸੀ ਉਸ ਵਕਤ ਲੇਕਿਨ ਇਹ ਕਹੋ ਸੀ ਵੀ ਚਲ ਵੀ ਇੰਦਰਾ ਮਰੀ ਹੈ ਇੱਕ ਚੰਬਾ ਜਾ ਚੰਬਾ ਜਾ ਵੀ ਚੱਲ ਲੇਕਿਨ ਇੱਕ ਤਰੀਕ ਨੂੰ ਜਿੱਦਾਂ ਰੂਟੀਨ ਚ ਆਪਣੇ ਇਹਨਾਂ ਨੇ ਸੈਕਟਰ 9 ਗੁਰਦੁਆਰਾ ਸੀ ਸੈਕਟਰ 12 ਦੇ ਨਾਲ ਤੇ ਉੱਥੇ ਆਫਿਸ ਜਾਣ ਤੋਂ ਪਹਿਲਾਂ ਦਰਸ਼ਨ ਕਰਕੇ ਵਾਕ ਲੈ ਕੇ ਫੇਰ ਜਾਂਦੇ ਸੀ ਤੇ ਉਸ ਇੱਕ ਤਰੀਕ ਨੂੰ ਆਪਣੇ ਗਏ ਗੁਰਦੁਆਰੇ ਗਏ ਪਰ ਉਹਨਾਂ ਨੇ ਦੇਖਿਆ ਉੱਥੇ ਬੜੀ ਮੋਬ ਸੀ ਲੁੱਟਣ ਤੇ ਉਹਨਾਂ ਇਹਨਾਂ ਨੇ ਉਹਨਾਂ ਨੂੰ ਵੰਗਾਰਿਆ ਵੀ ਤੁਸੀਂ ਇਹ ਕੀ ਕੋ ਕਰ ਰਹੇ ਤੁਸੀਂ ਤੋੜ ਫੋੜ ਕਿਉਂ ਕਰ ਰਹੇ ਹੋ ਤੇ ਉਹ ਸੜਕ ਪਾਰ ਸੀ ਇਹ ਤੇ ਉਹਨਾਂ ਦੇ ਪਿੱਛੇ ਲੱਗੇ ਵੀ ਇਹਨਾਂ ਨੇ ਕੱਲਾ ਦੇਖਿਆ ਇਹਨਾਂ ਨੂੰ ਤੇ ਇਹ ਉਥੇ ਫਲੈਟ ਹੈਗੇ ਜਿੱਦਾਂ ਇਹ ਫਲੈਟ ਹੈ ਨਾ ਤਾਂ ਉਹ ਕਿਸੇ ਇੱਕ ਫਲੈਟ ਦੇ ਵਿੱਚ ਘੁੱਸ ਗਏ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਕਿਹੜੇ ਫਲੈਟ ਚੋਂ ਚਲੇ ਗਏ ਤੇ ਫਿਰ ਬਾਅਦ ਚ ਦੁਪਹਿਰ ਦੇ ਕਰੀਬੇ ਘਰ ਆਏ ਤੇ ਫਿਰ ਇਹਨਾਂ ਨੇ ਦੱਸਿਆ ਵੀ ਅੱਜ ਦਫ਼ਤਰ ਗੁਰਦੁਆਰੇ 'ਚ ਤੋੜ ਫੋੜ ਹੋ ਰਹੀ ਹੈ ਫਿਰ ਬੈਠੇ ਇੱਕ ਤਰੀਕ ਵੀ ਅਸੀਂ ਅੱਦ ਫਿਰ ਫਿਰ ਤਾਂ ਖਬਰ ਆਈ ਕਿਉਂਕਿ ਉਸ ਵਾਰ ਸਾਡੇ ਕੋਲ ਦੂਰਦਰਸ਼ਨ ਔਰ ਬੀਬੀਸੀ ਸੀਗਾ ਬੀਬੀਸੀ ਸ਼ਾਮ ਨੂੰ 7 ਪਤਾ ਨਹੀਂ 6:30 ਵਜੇ ਆਂਦੀ ਹੁੰਦੀ ਸੀ ਨਿਊਜ਼ ਉਹ ਵੀ ਤੁਰ 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 ਦੁਰ ਕਰਕੇ ਆਵਾਜ਼ ਕਲੀਅਰ ਨਹੀਂ ਆਂਦੀ ਸੀ ਰੇਡੀਓ ਤੇ ਤੇ ਉਹ ਸਾਰੀ ਡਿਟੇਲ ਆ ਗਈਆਂ ਸੀ ਤੇ 2 ਤਰੀਕ ਨੂੰ ਸਵੇਰੇ ਫਿਰ ਇਹਨਾਂ ਨੂੰ ਸਵੇਰੇ 7-8 ਵਜੇ ਦੇ ਕਰੀਬ ਘਰੋਂ ਪੁਲਿਸ ਜੀਪ ਤੇ ਆਈ ਸੀ ਤੇ ਸਾਡੇ ਮੰਮੀ ਉਹ ਸਾਡੇ ਡੈਡੀ ਨੂੰ ਪਪਾ ਜੀ ਨੂੰ ਇਹਨਾਂ ਨੂੰ ਘਰੋਂ ਲੈ ਗਏ ਸੀ ਕਹਿੰਦੇ ਵੀ ਉਹ ਕੋਈ ਇਨਵੈਸਟੀਗੇਸ਼ਨ ਕਰਨੀ ਇਹ ਨਹੀਂ ਦੱਸਿਆ ਕਿ ਇੰਦਰਾ ਕੇਸ ਦੇ ਨਾਲ ਸੰਬੰਧਿਤ ਲੈ ਨਹੀਂ ਨਹੀਂ ਦੱਸਿਆ ਨਹੀਂ ਉਹ ਉਹ ਇਹ ਕਹਿ ਵੀ ਇਨਵੈਸਟੀਗੇਸ਼ਨ ਕਰਨੀ ਹੈ ਕਿਸੇ ਤੋਂ ਨਹੀਂ ਕਿਸੇ ਕੇਸ ਦੇ ਵਿੱਚ ਪਰ ਤੁਹਾਨੂੰ ਮਗਰੋਂ ਕਿੰਨੇ ਸਾਹਬਿਆ ਉਸ ਤੋਂ ਫੇ ਅਸੀਂ ਰਜਿੰਦਰ ਸਿੰਘ ਅਲੱਗ ਰਹਿੰਦੇ ਸੀ ਸਾਡੇ ਵੱਡੇ ਭਾਈ ਸਾਹਿਬ ਸੈਕਟਰ 5 ਜ ਰਹਿੰਦੇ ਸੀ ਤੇ ਅਸੀਂ ਬਾਕੀ ਚਾਰ ਬ੍ਰਦਰ ਔਰ ਇੱਕ ਸਿਸਟਰ ਬੜੀ ਸਿਸਟਰ ਦਾ ਸਾਡੀ ਵਿਆਹੀ ਹੋਈ ਸੀ ਉਹ ਪਟਿਆਲੇ ਰਹਿੰਦੀ ਸੀ ਤੇ ਅਸੀਂ ਫਿਰ ਇੱਕੋ ਹੀ ਪਰ ਦੋ ਕਮਰੇ ਸੀ ਅਸੀਂ ਫਿਰ ਉਹਨਾਂ ਦਿਨਾਂ ਦੇ ਵਿੱਚ ਇੱਕੋ ਕਮਰੇ ਜੀ ਸਾਰੇ ਉਹ ਇਕੱਠੇ ਸੌਂਦੇ ਸੀ ਫਿਰ ਉਸ ਤੋਂ ਬਾਅਦ ਜਦ ਇਹ ਕੀ ਕਹਿੰਦੇ ਦੰਗੇ ਫਸਾਦ ਹੋਣ ਲੱਗੇ ਲੁੱਟ ਖਸੂ ਟੋਣ ਲੱਗ ਗਈ ਤੇ ਸਾਡੇ ਨੀਚੇ Hindu ਫੈਮਿਲੀ ਰਹਿੰਦੀ ਸੀ ਤੇ ਉਹਨਾਂ ਨੇ ਰਿਕਵੈਸਟ ਕੀਤੀ ਵੀ ਐਦਾਂ ਕਰੋ ਵੀ ਤੁਸੀਂ ਜਿਹੜੇ ਕੁੜੀਆਂ ਨੂੰ ਇੱਥੇ ਛੋੜ ਜੋ ਇਹ ਬੱਚਿਆਂ ਨੂੰ ਲੇਡੀਜ਼ ਨੂੰ ਮੇਰੀ ਪਰਜਾਈ ਸੀ ਬੜੀ ਉਹ ਦੋ ਇੱਕ ਸਿਸਟਰ ਸੀ ਮੇਰੀ ਵੀ ਤੁਸੀਂ ਇਹਨਾਂ ਨੂੰ ਛੱਡ ਜੋ ਤੇ ਤੁਸੀਂ ਗੁਰਦੁਆਰੇ ਚੱਲੇ ਜਾਓ ਤੇ ਪਰ ਉਹ ਸਾਡੇ ਉਹ ਨਾ ਸਿਸਟਰ ਮੰਨੀ ਨਾ ਪਰਜਾਈ ਮੰਨੀ ਤੇ ਫਿਰ ਉਹ ਇੱਕ ਦਿਨ ਰਹੇ ਫਿਰ ਉਸ ਤੋਂ ਬਾਅਦ ਉਹਸੀਆ ਅਸੀਂ ਵੀ ਰਹਾਂਗੇ ਤੇ ਅਸੀਂ ਉਹ ਤੋਂ ਉਹਨਾਂ ਦੇ ਘਰ ਰਹੇ ਫਿਰ ਲੇਕਿਨ ਅਗਲੇ ਦਿਨ ਉਹ ਖਬਰਾਂ ਫੈਲ ਗਈਆਂ ਵੀ ਜਿਨ੍ਹਾਂ ਦੇ ਘਰ ਠਹਿਰੇ ਹੋਏ ਅਸੀਂ ਉਹਨਾਂ ਦੇ ਘਰ ਵੀ ਉਹ ਲੋਟ ਕੋ ਝੂਟ ਕਰਾਂਗੇ ਤੋੜ ਫੋੜ ਜਿੱਦਾਂ ਤੇ ਫਿਰ ਉਹਨਾਂ ਨੇ ਸਾਨੂੰ ਹੱਥ ਜੋੜੇ ਵੀ ਦੇਖੋ ਜੀ ਸਾਡੇ ਵੀ ਘਰ ਕੁੜੀਆਂ ਹੈਗੀਆਂ ਜਵਾਨ ਤੇ ਤੁਸੀਂ ਫਿਰ ਉਸ ਵੇਲੇ ਉਹਨਾਂ ਨੇ ਫਿਰ ਮਿਲਟਰੀ ਨੂੰ ਬੁਲਾਇਆ ਮਿਲਟਰੀ ਦੀ ਇੱਕ ਟਰੱਕ ਆਇਆ ਉਹਦੇ ਸਾਨੂੰ ਲੈ ਕੇ ਗੁਰਦੁਆਰਾ ਮੋਤੀ ਬਾਗ ਛੱਡ ਗਿਆ ਇੱਕ ਇੱਕ ਨਿਤਰੀ ਦੀ ਗੱਲ ਹੈ ਇਹ ਤਿੰਨ ਜਾਂ ਚਾਰ ਦੀ ਤਰੀਕ ਦੀ ਗੱਲ ਹੈ ਤੇ ਉੱਥੇ ਤੋਂ ਵੇ ਪਤਾ ਨਹੀਂ 6ਵਾਂ ਦੀ 7 ਤਰੀਕ ਨੂੰ ਫਿਰ ਅਸੀਂ ਵਾਪਸ ਆ ਗਏ ਸੀ ਕਾਰ ਜਾ ਠੰਡਾ ਪੈ ਗਿਆ ਹਾਂਜੀ ਫਿਰ ਤੁਸੀਂ ਮਾਪਿਆਂ ਨੂੰ ਕਦੋਂ ਮਿਲਿਆ ਮਾਪਿਆਂ ਨੂੰ ਦਾ ਅਸੀਂ ਤਾਂ ਪਤਾ ਹੀ ਨਹੀਂ ਸੀ ਸਾਨੂੰ ਵੀ ਕਿੱਥੇ ਇਹਨਾਂ ਨੂੰ ਰੱਖਿਆ ਹੈ ਕਿਹੜੀ ਜਗ੍ਹਾ ਹੈਗੀ ਹੈ ਲੇਕਿਨ ਉਹ ਰਜਿੰਦਰ ਸਿੰਘ ਨੇ ਜਿਹਦਾ ਪੁਲਿਸ ਵਾਲੇ ਹੁੰਦੇ ਕੇ ਉਹਨਾਂ ਤੋਂ ਪਤਾ ਪਤਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਮਲਾ ਵੈਲਡਰਮ ਹੈਗੀ ਇੱਕ ਜਗ੍ਹਾ ਜਮਨਾ ਦੇ ਕਿਨਾਰੇ ਉੱਥੇ ਰੱਖਿਆ ਹੋਇਆ ਸਾਰਿਆਂ ਨੂੰ ਉਹਦੇ ਬਿਮਲਪੁਰ ਖਾਲਸਾ ਵੀ ਹੋਰ ਜਿਹੜੇ ਵੀ ਮਲੋਏ ਜਿਹੜਾ ਸਾਡੇ ਨਾਨਕਾ ਪਿੰਡ ਹੈ ਉੱਥੇ ਦੇ ਤੇ ਜਿਹੜੇ ਵੀ ਹਨੀ ਸਤਵੰਤ ਦੇ ਪਿਤਾ ਜੀ ਵੀ ਸੀ ਉੱਥੇ ਜਿੰਨੇ ਵੀ ਹਨੀ ਰਿਸ਼ਤੇਦਾਰ ਸਾਰਿਆਂ ਦੇ ਸੀ ਤਿੰਨ ਚਾਰਾ ਦੇ ਹੋਰ ਬੰਦੇ ਵੀ ਸੀ ਉੱਥੇ ਰੱਖੇ ਹੋਏ ਸੀ ਤੇ ਉਸ ਤੋਂ ਬਾਅਦ 17 ਤਰੀਕ ਨੂੰ ਸਾਡੇ ਮਾਤਾ ਜੀ ਦਾ ਪਤਾ ਚੱਲਿਆ ਵੀ ਉਹਨਾਂ ਨੂੰ ਪੁਲਿਸ ਜਿਹੜੀ ਨਾ ਉੱਥੇ ਮਲੋਏ ਪਿੰਡ ਛੱਡਿਆ ਤੇ ਫਿਰ ਉਸ ਉਹ ਗੱਡ ਬੱਸਾਂ ਚ ਚਲਦੀਆਂ ਸੀ ਤੇ ਸਾਡੇ ਮਾਤਾ ਜੀ ਆ ਗਏ ਬੱਸ ਤੇ ਤੇ ਉਹਨਾਂ ਨੇ ਦੱਸਿਆ ਵੀ ਐਦਾ ਐਦਾ ਮਾਨੂੰ ਉੱਥੇ ਰੱਖਿਆ ਸੀ ਤੁਹਾਡੇ ਪਾਪਾ ਜੀ ਨੂੰ ਵੀ ਉੱਥੇ ਰੱਖਿਆ ਉੱਥੇ ਟਾਰਚਰ ਕਰਦੇ ਸੀ ਐਦਾ ਐਦਾ ਉਹ ਆ ਗਏ ਆ ਗਏ ਤਾਂ ਦੋ ਦਿਨ ਤਾਂ ਉਹ ਗੁੰਮ ਹੀ ਰਹੇ ਵੀ ਪਰ ਜਦੋਂ ਉਹਨਾਂ ਬੱਚਿਆਂ ਚਾਹੇ ਆਪਣੇ ਆਏ ਤੇ ਫਿਰ ਥੋੜਾ ਖੁਸ਼ੀ ਮਿਲੀ ਉਹਨਾਂ ਨੂੰ ਸਾਨੂੰ ਜਿਹੜੇ ਸੱਜਣੇ ਇਸ ਵੇਲੇ ਸੁਣ ਰਹੇ ਆ ਉਹਨਾਂ ਸਾਰਿਆਂ ਤੱਕ ਦੱਸ ਦਈਏ ਕਿ ਜਿੱਥੇ ਸ਼ਹੀਦ ਭਾਈ ਕੇਰ ਸਿੰਘ ਹੁਣਾ ਦੀ ਕਾਰਨਾਮੇ ਕਰਕੇ ਇੰਦਰਾ ਦੇ ਕਤਲ ਕਰਨ ਅਤੇ ਉਸ عقیده ਦੇ ਉੱਤੇ ਡੋਲ ਰਹਿਣ ਕਰਕੇ ਅਤੇ ਫਿਰ ਸ਼ਹਾਦਤ ਕਰਕੇ ਕੌਮ ਵਿੱਚ ਬਹੁਤ ਵੱਡਾ ਮਾਣ ਸਤਕਾਰ ਹੈ ਆ ਸ਼ਹੀਦ ਭਾਈ ਕੇਰ ਸਿੰਘ ਹੁਣਾ ਦਾ ਅਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਪਤਨੀ ਜਿਹੜੇ ਸਰਦਾਰ ਸਫਤ ਸਿੰਘ ਦੇ ਮਾਤਾ ਜੀ ਆ ਉਹਨਾਂ ਨੇ ਬਹੁਤ ਕਾਹ ਲੈਣਾ ਕਾ ਲਈ ਆ ਇਹੋ ਜੀ ਕਾਹ ਲੈਣਾ ਕਿ ਜਦੋਂ ਭਾਈ ਕੇਰ ਸਿੰਘ ਹੁਣਾ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਤੇ ਨਾਲ ਹੀ ਜਿਵੇਂ ਦੱਸ ਕੇ ਹਟਿਆ ਕਿ ਭਾਈ ਕੇਰ ਸਿੰਘ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੋ ਜਦੋਂ ਪਤੀ ਕਿਸੇ ਕੇਸ ਵਿੱਚ ਇਨਵੋਲਵ ਹੋ ਜਾਵੇ ਅਤੇ ਉਹ ਜਿਹੜਾ ਕੇਸ ਆ ਮੌਤ ਦੀ ਸਜ਼ਾ ਜਿਹੜੀ ਸੇ ਕੌਮ ਲਈ ਸ਼ਹਾਦਤ ਬਣੀ ਉਸ ਪੱਧਰ ਤੱਕ ਲੈ ਕੇ ਜਾਣ ਵਾਲੀ ਗੱਲ ਆ ਸੋ ਇਸ ਸਮੇਂ ਇਸ ਬੀਬੀ ਜੀ ਦਾ ਇਹਨਾਂ ਦੇ ਮਾਤਾ ਜੀ ਦਾ ਡੋਲ ਜਿਹੜਾ ਰਹਿਣਾ ਜਾਂ ਸਿੱਖੀ ਦੇ ਅਨੁਕੂਲ ਆਪਣੇ ਜੀਵਨ ਨੂੰ ਚਲਾਉਣਾ ਆਪਣੀ ਜ਼ਿੰਦਗੀ ਨੂੰ ਉਸ ਤਰ੍ਹਾਂ ਦੀ ਰਵਾਨਗੀ ਚ ਰੱਖਣਾ ਇਹ ਬਹੁਤ ਵੱਡਾ ਕਾਰਜ ਸੀ ਸੋ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਸਦਕੀ ਬੀਬੀਆਂ ਹੋਈਆਂ ਅਜੇ ਹਾ ਰੋਲ ਜਿਹੜਾ ਭਾਈ ਕੇਰ ਸਿੰਘ ਦੀ ਪਤਨੀ ਨੇ ਨਭਾਇਆ ਸੋ ਮੈਂ ਚਾਹੁੰਦਾ ਕਿ ਮਾਤਾ ਜੀ ਬਾਰੇ ਥੋੜੀ ਹੋਰ ਗੱਲ ਵੀ ਕਰੀਏ ਕਿਉਂਕਿ ਗੱਲਾਂ ਸ਼ਾਇਦ ਘੱਟ ਹੋਣ ਹਾਂਜੀ ਹਾਂਜੀ ਇਹ ਮਾਤਾ ਜੀ ਵੀ ਬਸ ਉਹਦਾ ਇੱਕ ਸਿੰਪਲ ਲੇਡੀ ਮੰਗੋ ਰਹਿੰਦੇ ਸੀ ਬਸ ਸਾਰੇ ਬੱਚਿਆਂ ਨੂੰ ਪੜ੍ਹੇ ਲਿਖੇ ਨਹੀਂ ਸੀ ਪਰ ਜੇਨਾ ਉਹਨਾਂ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਹੈ ਉਹ ਪੜ੍ਹੇ ਆ ਲਿਖੇ ਤੋਂ ਵੀ ਜ਼ਿਆਦਾ ਹੈਗੀ لیکن ਜਦ 84 ਤੋਂ ਬਾਅਦ ਸਾਨੂੰ ਸਾਂਭਿਆ ਉਹ ਉਹਨਾਂ ਦੀ ਹਿੰਮਤ ਸੀ ਨਹੀਂ ਤਾਂ ਸਾਰੇ ਛੋਟੇ ਹੀ ਸੀਗੇ ਅਜੇ ਸਿਰਫ ਰਜਿੰਦਰ ਸਿੰਘ بڑا ਸੀਗਾ ਤੇ ਸਰਦਾਰ ਸਾਹਿਬ ਜਦੋਂ ਤੁਹਾਡੇ ਪਿਤਾ ਜੀ ਕਿਸੇ ਨਾਮਜਾਤ ਕਰ ਦਿੱਤੇ ਜਾਂਦੇ ਆ ਵੱਖ-ਵੱਖ ਥਾਵਾਂ ਤੇ ਪੁਸ਼ਕਸ਼ ਕੇਂਦਰਾਂ ਤੋਂ ਬਾਅਦ ਜੇਲ੍ਹ گئے ਜੇਲ੍ਹ ਤੋਂ ਲੈ ਕੇ ਜਿਹੜਾ ਸਮਾਂ ਆ तकरीबन 4.5 ਸਾਲ ਦਾ ਬਣਦਾ ਹੋਊਗਾ ਹਾਂਜੀ ਹਾਂਜੀ ਉਸ ਸਮੇਂ ਦੌਰਾਨ ਘਰ ਚ ਮਾਹੌਲ ਕਿਵੇਂ ਦਾ ਰਿਹਾ ਤੁਹਾਡੀ ਮਾਤਾ ਜੀ ਕਿਵੇਂ ਦਲਾਸਾ ਦਿੰਦੇ ਸੀ ਕਿ ਬੱਚਿਓ ਇਹ ਗੱਲ ਵਾਪਰ ਚੁੱਕੀ ਆ ਉਹ ਕਿਵੇਂ ਸੀ ਨਹੀਂ ਐਕਚੁਅਲ ਦੇ ਵਿੱਚ ਕੀ ਸੀ ਸਾਡੇ ਮਾਤਾ ਜੀ ਨੂੰ ਵੀ ਨਹੀਂ ਪਤਾ ਸੀ ਵੀ ਇਹਨਾਂ ਨੇ ਇਹ ਕੰਮ ਕੀਤਾ ਹੂੰ ਕਿਉਂਕਿ ਉਹਨਾਂ ਸਾਡੇ ਪਿਤਾ ਜੀ ਨੇ ਔਰ ਭਾਈ ਬੀਬੰਦ ਸਿੰਘ ਜੀ ਨੇ ਉਹਲੇ ਰੱਖਿਆ ਵੀ ਸਾਰਿਆਂ ਨੂੰ ਦੱਸਿਆ ਨਹੀਂ ਲੀਕ ਹੀ ਨਹੀਂ ਕੋਈ ਗੱਲ ਕੀਤੀ ਉਹ ਤਾਂ ਬਾਅਦ ਸਾਨੂੰ ਜਦੋਂ ਜਦ ਕੋਰਟ ਦੇ ਵਿੱਚ ਅਸੀਂ ਕਿਤੇ ਹਾਰ ਜੇਲ੍ਹ ਦੇ ਵਿੱਚ ਲੱਗਦੀ ਸੀ ਤੇ ਰਜਿੰਦਰ ਸਿੰਘ ਜੀ ਨੂੰ ਤਾਂ ਅਰੈਸਟ ਕਰ ਲਿਆ ਸੀ ਉਹ 1 ਸਾਲ ਵਾਸਤੇ ਨੈਸ਼ਨਲ ਸਕਿਉਰਿਟੀ ਐਕਟ ਤੇ ਮੈਂ ਔਰ ਮਾਤਾ ਜੀ ਜਾਂਦੇ ਸੀ ਵੱਡੇ ਭਰਾ ਸਾਡੇ ਗਵਰਨਮੈਂਟ ਜੋਬ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਆਂ ਦਿੱਤਾ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਮੈਂ ਆਪਣੀ ਪੜਾਈ ਵਿੱਚ ਛੋੜ ਕੇ ਤੇ ਫੇਰ ਮੈਂ ਮਾਤਾ ਜੀ ਦੇ ਨਾਲ ਤੇ ਮੈਂ ਔਰ ਮਾਤਾ ਜੀ ਬੱਸਿਆਂ ਤੱਕੇ ਖਾਂਦੇ ਸੀ ਕਦੀ ਹਾਈ ਕੋਰਟ ਜਾਣਾ ਕਦੀ ਤਿਆੜ ਜੇਲ ਕਦੀ 30 ਹਜ਼ਾਰੀ ਤੇ ਐਦਾ ਅਸੀਂ ਬਸ ਤਿਆੜ ਜੇਲ ਦੇ ਅੰਦਰ ਹੀ ਕੋਟ ਲੱਗਦੀ ਹੁੰਦੀ ਸੀ ਉਹ ਵੀ ਦਹਿਸ਼ਤ ਸੀ ਘਰ ਚ ਵੀ ਦਹਿਸ਼ਤ ਸੀ ਕਦੀ ਵੀ ਜੀਬ ਆ ਜਾਂਦੀ ਰਾਤ ਨੂੰ 2 ਵਜੇ ਆ ਵੀ ਇਹ ਇਨਵੈਸਟੀਗੇਸ਼ਨ ਕਰਨੀ ਹੈ ਉਹ ਹੀ ਪੁੱਛਦੇ ਸੀ ਤੁਹਾਨੂੰ ਕੁਝ ਹੋਰ ਪਤਾ ਹੈ ਕੁਝ ਹੋਰ ਪਤਾ ਹੈ ਇੱਕ ਵਾਰ ਤਾਂ ਮੰਨੂ ਵੀ ਘਰੋਂ ਚੁੱਕ ਕੇ ਲੈ ਗਏ ਸੀ ਰਾਤੀ 10:30 ਵਜੇ ਤੇ ਸਾਡੇ ਮਾਤਾ ਜੀ ਨੇ ਰੋਕਿਆ ਵੀ ਤੁਸੀਂ ਇਸ ਵਕਤ ਕਿੱਥੇ ਲੈ ਕੇ ਜਾ ਰਹੇ ਹੋ ਤੇ ਮੰਨੂ ਫਿਰ ਕਹਿੰਦੇ ਨਹੀਂ ਅਸੀਂ ਪੁੱਛ ਪੁੱਛ ਕੇ ਚਾਰ ਕੇ ਨਾ ਛੱਡ ਦਵਾਂਗੇ ਫਿਰ ਮੰਨੂ ਤੇ ਨਹਿਰੂ ਪਾਰਕ ਹੈਗਾ ਇੱਕ ਜਿੱਤੇ ਬਿਆਨ ਸਿੰਘ ਰੰਦਾ ਸੀ ਨਾ ਉੱਥੇ ਮੈਨੂੰ ਲੈ ਗਏ ਇਹਨਾਂ ਨੇ ਮੈਨੂੰ ਕਿਹ ਕਹਿ ਦਿੱਤਾ ਵੀ ਆਪਣੇ ਹੱਥ ਦੇ ਉੱਪਰ ਨੂੰ ਖੜੇ ਕਰਕੇ ਉਧਰ ਨੂੰ ਖੜੇ ਹੋ ਜਾਓ ਤੇ ਇੱਕ ਡਰ ਸੀਗਾ ਵੀ ਪਤਾ ਨਹੀਂ ਕੀ ਹੋਏਗਾ ਤੇ ਅਸੀਂ ਮੈਂ ਖੜਾ ਹੋ ਗਿਆ ਪਰ ਡਰ ਸੀ ਤੇ ਮੈਂ ਇੱਕ ਕਾਰ ਖੜੀ ਸੀ ਉਹਦਾ ਮੈਂ ਸਹਾਰਾ ਲੈ ਲਿਆ ਤੇ ਉਹ ਜਿੱਦਾਂ ਹੀ ਉਹ ਕਾਰ ਦੇ ਤੇ ਮੈਂ ਹੱਥ ਲਗਾਇਆ ਨਾ ਤਾਂ ਉਹਦੇ ਵਿੱਚ ਕੋਈ ਕੁੜੀ ਮੁੰਡਾ ਬੈਠੇ ਹੋਏ ਸੀ ਉਹਨਾਂ ਨੇ ਫਟਾਫਟ ਲਾਈਟ ਜਲਾਤੀ ਤੇ ਪੁਲਿਸ ਵਾਲੇ ਕਹਿੰਦੇ ਚਲੋ 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 ਪੈਕਅਪ ਕਰੋ ਚਲੋ ਲੈ ਜਾਓ ਇਹਨੂੰ ਫਿਰ ਉਹ ਕਾਰ ਛੋੜਦੇ ਵੀ ਤੇ ਮੈਂ ਸੋਚਿਆ ਸੀ ਅੱਜ ਮੇਰਾ ਐਨਕਾਊਂਟਰ ਹੋ ਜਾਣਾ ਸੀ ਇਹ دہشت ਸੀ ਕਿਉਂਕਿ ਰਾਤੀ 2 ਵਜੇ ਆਂਦੇ ਸੀ 2:30 ਵਜੇ ਇਹਦਾ ਕੇਸ ਡੈਡੀ ਦੀ ਫਾਂਸੀ ਤੋਂ ਬਾਅਦ ਵੀ ਐਸੀ ਮਕਾਨ ਦੇ ਵਿੱਚ ਰਾਤੀ ਸਾਡੇ ਬੱਚੇ ਛੋਟੇ ਹੁੰਦੇ ਸੀ 2:00 2:30 ਵਜੇ ਆਣਾ ਵੀ ਆ ਵੀ ਇੱਥੇ ਰਹਿੰਦੇ ਸਤਵੰਦ ਜੀ ਕੋਈ ਹੋਰ ਤਾਂ ਨਹੀਂ ਹੈ ਬਸ ਤੰਗ ਬੜਾ ਕੀਤਾ ਹੈ ਨਾ ਕਈ ਸਾਲ ਮੈਂ ਇੱਕ ਜਾਣਕਾਰੀ ਵੀ ਪੁੱਛਣਾ ਚਾਹੁੰਦਾ ਕਿ ਜਦੋਂ ਭਾਈ ਕੇਸ ਸਿੰਘ ਉਹਨਾਂ ਦਾ ਕੇਸ ਅਦਾਲਤ ਚੱਲ ਰਿਹਾ ਸੀ ਹਾਂਜੀ ਉਸ ਸਮੇਂ ਤੁਹਾਡੇ ਵੱਡੇ ਪ੍ਰੋਫੈਸਰ ਦਰਜਿੰਦਰ ਸਿੰਘ ਜਦੋਂ 1 ਸਾਲ ਦੀ ਰਿਹਾਈ ਤੋਂ ਬਾਅਦ ਜੇਲ੍ਹ ਤੋਂ ਬਾਅਦ ਰਿਹਾ ਹੋਏ ਹਾਂਜੀ ਫਿਰ ਜਿਵੇਂ ਤੁਸੀਂ ਉਹ ਆਪਣੇ ਪਿਤਾ ਜੀ ਦੀ ਪੇਰਵਾਹੀ ਕਰ ਰਹੇ ਸੀ ਤੁਹਾਡੀ ਮਾਤਾ ਜੀ ਨਾਲ ਚੱਲਦੇ ਇਦਾਂ ਕੋਈ ਸਿੱਖ ਕੋਈ ਜਥੇਬੰਦੀ ਕੋਈ ਸੱਜਣ ਨਾਲ ਚੱਲਦਾ ਸੀ ਅਦਾਲਤ ਵੱਲੋਂ ਦੇਖੋ ਜੀ ਜਦ ਪਹਿਲੀ 2 ਦਸੰਬਰ ਨੂੰ ਇਹਨਾਂ ਨੂੰ ਜੇ ਪੇਸ਼ ਕੀਤਾ ਸੀ 30 ਹਜ਼ਾਰੀ ਦੇ ਵਿੱਚ ਇੱਕ ਰਜਿੰਦਰ ਸਿੰਘ ਦਾ ਹੀ ਜਾਣਕਾਰ ਸਿੱਖ ਸੀ ਉਹ ਆਇਆ ਸੀ ਅੱਗੇ ਹੋਰ ਇੱਕ ਅਸ਼ੋਕ ਅਗਰਵਾਲ ਵਕੀਲ ਸੀ ਹੋਰ ਕੋਈ ਸਿੱਖ ਨਹੀਂ ਅਗਿਆ ਨਾ ਕੋਈ ਉਹ ਸਿੱਖ ਕੌਣ ਸਨ ਜਿਹੜੇ ਆਏ ਉਹ ਐਸੇ ਵਗਰ ਦੁਨੀਆ 'ਚ ਨਿਯਮਾਂ ਨੂੰ ਨਾਮ ਨਹੀਂ ਪਤਾ ਰਜਿੰਦਰ ਸਿੰਘ ਨੂੰ ਪਤਾ ਹੋਏਗਾ ਤੇ ਉਹ ਕਹਿ ਰਿਹਾ ਸੀ ਨਹੀਂ ਮੈਂ ਉਹ ਦਵਾਗਾ ਗਵਾਹੀ ਕੀ ਕਹਿੰਦੇ ਬੇਲ ਵਾਸਤੇ ਮੈਂ ਦੇ ਦਾਂਗਾ ਜ਼ਮਾਨਤ ਤੇ ਫਿਰ ਉਹਨਾਂ ਨੂੰ ਵਕੀਲਾਂ ਨੇ ਉਹਨੂੰ ਸਮਝਾਇਆ ਵੀ ਕੋਈ ਛੋਟਾ ਮੋਟਾ ਕੇਸ ਨਹੀਂ ਤੀ ਤੂੰ ਜਾ ਆਪਣੇ ਘਰ ਤੇ ਉਸ ਤੋਂ 2 ਦਸੰਬਰ ਨੂੰ ਫਿਰ ਇਹਨਾਂ ਨੂੰ ਲੈ ਕੇ ਫਿਰ ਸਿੱਧਾ ਤਿਹਾਰ ਜੇਲ੍ਹ ਭੇਜਤਾ ਸੀ ਫਿਰ ਜਿਹੜੀ ਕੋਰਟ ਚੱਲਦੀ ਸੀ ਉਹ ਰਮੇਸ਼ ਚੰਦਰ ਜੱਜ ਸੀਗਾ ਉਹ ਤਿਹਾਰ ਜੇਲ੍ਹ ਦੇ ਅੰਦਰ ਇਹ ਲੱਗਦੀ ਸੀ ਸਾਡਾ ਵਕੀਲ ਸੀ ਪੀ ਐਨ ਲੇਖੀ ਤੇ ਤਿਹਾਰ ਜੇ ਗੇਟ ਨੰਬਰ 3 ਦੇ ਵਿੱਚ ਸਪੈਸ਼ਲ ਅਦਾਦ ਕੋਰਟ ਬਣਾਈ ਹੋਈ ਸੀ ਪੀ ਐਨ ਗਰੋਵਰ ਤਾਂ ਹੈ ਪੀ ਐ ਲਿਖੀ ਪੀ ਐਨ ਲਿਖੀ ਤਾਂ ਉਹ ਸੀ ਪੀ ਪੀ ਗਰੋਵਰ ਪੀ ਪੀ ਗਰੋਵਰ ਸੀ ਸਾਡਾ ਵੀ ਪ੍ਰੇਮ ਪ੍ਰਕਾਸ਼ ਅਤੇ ਗੁਸਨਾਵਲ ਤੇ ਉਹ ਅੰਦਰ ਮੈਂ ਜਾਂਦਾ ਸੀ ਜਾਂ ਮਾਤਾ ਹੀ ਜਾਂਦੇ ਸੀ ਬਸ ਹੋਰ ਕਿਸੇ ਨੂੰ ਜਾਣ ਨਹੀਂ ਦਿੰਦੇ ਸੀ ਉਧਰ ਸਤਵੰਤ ਉਹਨਾਂ ਦੇ ਪਿਤਾ ਜੀ ਆਉਂਦੇ ਸੀ ਬਾਪੂ ਤੇ ਲੋਕ ਸਿੰਘ ਜੀ ਜਾਂ ਕੋਈ ਹੋਰ ਆ ਜਾਂਦਾ ਸੀ ਹੋਰ ਕਿਸੇ ਨੂੰ ਜਾਂ ਪ੍ਰੈਸ ਵਾਲੇ ਕੋਈ ਉਹਨਾਂ ਦੇ ਆਪਣੇ ਹੁੰਦੇ ਸੀ ਜਿਹੜੇ ਉਹੀ ਪ੍ਰੈਸ ਵਾਲੇ ਹੁੰਦੇ ਸੀ 84 ਤੋਂ ਪਹਿਲਾਂ ਦੀ ਗੱਲ ਮੈਂ ਜਾਣਨੀ ਚਾਹੁੰਦਾ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੁਸੀਂ ਆਪਣੇ ਪਿਤਾ ਜੀ ਦੇ ਭਾਈ ਕੇਰ ਸਿੰਘ ਉਹਨਾਂ ਦੇ ਖਾ ਭਾਵ ਜ਼ਰੂਰ ਪੜੇ ਹੋਗੇ ਹੋਣਗੇ ਉਹ ਕਿਦਾਂ ਦਾ ਮਹਿਸੂਸ ਕਰ ਰਹੇ ਸਨ ਹਮਲਾ ਹੋਣ ਤੋਂ ਬਾਅਦ ਉਹ ਹਮ ਵੈਸੇ ਤਾਂ ਉਹ ਗੁਰਬਾਣੀ ਨਾਲ ਹੀ ਜੁੜੇ ਰਹਿੰਦੇ ਸੀ ਪਰ ਲੇਕਿਨ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇਹ ਅਖਬਾਰਾਂ ਚਰ ਪੜਦੇਸੀ ਮੈਗਜ਼ੀਨਾ ਚ ਪੜਦੇ ਸੀ ਸਾਨੂੰ ਵੀ ਦੱਸਦੇ ਸੀ ਵੀ ਐਦਾਂ ਇਹ ਹੋ ਗਿਆ ਉੱਤੇ ਦੀਆਂ ਫੋਟੋਆਂ ਸਾਨੂੰ ਦਿਖਾਉਂਦੇ ਸੀ ਤੋਂ ਇੱਕ ਉਹਨਾਂ ਦਾ ਮੂਡ ਚੇਂਜ ਹੋ ਗਿਆ ਸੀ ਥੋੜਾ ਤੇ ਅਸੀਂ ਬੰਗਲਾ ਸਾਹਿਬ ਉਹ ਉਹਨਾਂ ਦਾ ਆਫਿਸ ਗੁਰਦੁਆਰਾ ਬੰਗਲਾ ਸਾਹਿਬ ਦੇ ਕੋਲ ਹੀ ਸੀਗਾ ਤੇ ਉਹ ਲੰਚ ਵੇਲੇ ਬੰਗਲਾ ਸਾਹਿਬ ਜਾਂਦੇ ਸੀ ਤੇ ਉਹ ਸਾਨੂੰ ਆਕੇ ਦੱਸਦੇ ਸੀ ਵੀ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਦੀ ਪੋੜੀਆਂ ਤੇ ਨਾ ਫੋਟੋਆਂ ਲੱਗੀਆਂ ਹੋਈਆਂ ਵੀ ਆਪਰੇਸ਼ਨ ਬਲੂ ਸਟਾਰ ਚ ਕੀ ਹੋਇਆ ਕਿਦਾਂ ਉਥੇ ਟਹਿਟੇ ਦੀ ਹੋਇਆ ਕਿਉਂਕਿ ਉਸ ਵਕਤ ਕੋਈ মিডিਆ ਦੂਰਦਰਸ਼ਨ ਦਾ ਇਹ ਚੀਜ਼ਾਂ ਦਿਖਾਉਂਦਾ ਹੀ ਨਹੀਂ ਸੀ ਤੇ ਜਿੰਨ ਕੋ ਵੀ ਕੋਈ ਅਖਬਾਰ ਦੀ ਕਟਿੰਗ ਹੈ ਮੈਗਜ਼ੀਨ ਦੀ ਕਟਿੰਗ ਹੁੰਦੀ ਸੀ ਤੇ ਉਹ ਉਥੇ ਚਿਪਕਾ ਜਾਂਦਾ ਸੀ ਤੇ ਉਹ ਫਿਰ ਸਾਨੂੰ ਆਕੇ ਦੱਸਦੇ ਸੀ ਅਸੀਂ ਵੀ ਜਾ ਕੇ ਦੇਖਦੇ ਸੀ ਆਵੇਂ ਉਥੇ ਫੋਟੋਆਂ ਲੱਗੀਆਂ ਹੋਈਆਂ ਪੌੜੀਆਂ ਤੇ ਉਸ ਵਕਤ ਉਹ ਥੋੜੇ ਚਿੰਤਨ ਦੇ ਵਿੱਚ ਜਿੱਦਾਂ ਹੁੰਦੇ ਹਨ ਨਾ ਵੀ ਉਦਾਸ ਜੇ ਥੋੜੇ ਉਹ ਸੀ ਜਿੱਦਾਂ ਪਹਿਲਾਂ ਖੁਸ਼ਦਿਲ ਆਫਿਸ ਤੋਂ ਆ ਕੇ ਚਾਹ ਪਾਣੀ ਪੀਣੀ ਗੱਲਾਂ ਮਾਰਨੀ ਆ ਉਹ ਚੀਜ਼ ਨਹੀਂ ਸੀ ਹੂੰ ਤੇ ਬਿਆਨ ਸਿੰਘ ਜੀ ਦਾ ਸਾਡੇ ਘਰ ਆਣਾ ਜਾਣਾ ਸੀ ਉਹਨਾਂ ਦੀ ਬਿੱਸੇ জব ਕਰਦੀ ਸੀ ਕਈ ਵਾਰ ਬੱਚਿਆਂ ਨੂੰ ਸਾਡੇ ਘਰ ਛੱਡ ਜਾਂਦੇ ਸੀ ਤੇ ਸ਼ਾਮ ਨੂੰ ਲੈ ਜਾਂਦੇ ਸੀ ਤੇ ਅਸੀਂ ਸੋਚਿਆ ਵੀ ਇਹ ਆਮ ਜਿਹਾ ਰੁਟੀਨ ਹੈ ਵੀ ਕੋਈ ਸਾਨੂੰ ਸ਼ੱਕ ਹੀ ਨਹੀਂ ਸੀ ਵੀ ਕੁਝ ਇਹ ਐਸਾ ਕੰਮ ਕਰਨਗੇ ਤੇ ਥੋੜਾ ਸੰਗਤ ਨੂੰ ਦੱਸੋ ਕਿ ਜਿਹੜੀ ਆਪਸੀ ਰਿਸ਼ਤੇਦਾਰੀ ਭਾਈ ਬਿਆਨ ਸਿੰਘ ਤੇ ਭਾਈ ਕੇਰ ਸਿੰਘ ਹੁਣਾਂ ਦੀ ਆਪਸੀ ਰਿਸ਼ਤੇਦਾਰ ਜਿਹੜੀ ਆ ਉਹਨੂੰ ਖੋਲ ਕੇ ਦੱਸੋ ਭਾਈ ਬਿਆਨ ਸਿੰਘ ਜੀ ਸਾਡੇ ਮਾਮਾ ਜੀ ਦੇ ਪੁੱਤਰ ਸੀਗੇ ਤੇ ਸਾਡੇ ਮਾਤਾ ਜੀ ਦਾ ਪਿੰਡ ਮਲੋਇਆ ਚੰਡੀਗੜ੍ਹ ਦੇ ਕੋਲ ਤੇ ਇਸ ਜ਼ਮਾਨਾ ਉਹ ਯਾਨੀ ਪਪਾ ਜੀ ਨੂੰ ਫੁੱਫੜ ਜੀ ਕਹਿੰਦੇ ਸੀ ਬਿਆਨ ਸਿੰਘ ਜੀ ਤੇ ਬੀਜੀ ਨੂੰ ਸਾਡੇ ਨੂੰ ਪੂਆ ਜੀ ਕਹਿੰਦੇ ਸੀ ਇਹ ਰਿਸ਼ਤੇਦਾਰੀ ਸੀ ਜੀ ਤੇ ਆਪਸ ਦੇ ਵਿੱਚ ਪਰਿਵਾਰਾਂ ਦਾ ਪਹਿਲਾਂ ਤੋਂ ਹੀ ਮੇਲ ਜੋਲ ਜਿਵੇਂ ਰਿਸ਼ਤੇਦਾਰੀ ਤੋਂ ਵੀ ਤੇ ਰਿਸ਼ਤੇਦਾਰੀ ਹਾਂ ਤੇ ਉਹ ਦਿੱਲੀ ਚ ਉਹਦਾ ਬੈਂ ਸਿੰਘ ਜੀ ਦਾ ਕੋਈ ਨਹੀਂ ਸੀ ਤੇ ਉਹ ਪਪਾ ਜੀ ਨੂੰ ਜਾਦਾ ਉਹ ਕਰਦਾ ਸੀ ਤੇ ਇਹਨਾਂ ਦੇ ਵਿਆਹ ਵੀ ਪਪਾ ਜੀ ਨੇ ਕਰਵਾਇਆ ਤੇ ਉਸ ਵਕਤ ਪਪਾ ਜੀ ਹੋਰ ਸਾਡੇ ਬਿਜੀ ਗਏ ਸੀ ਤੇ ਇਸ ਕਰਕੇ ਥੋੜਾ ਲगाव ਸੀ ਵੀ ਥੋੜਾ ਆਣਾ ਜਾਣਾ ਰਹਿੰਦਾ ਸੀ ਫਿਰ ਜਿਹੜੀਆਂ ਗੱਲਾਂ ਤੁਹਾਨੂੰ ਐ ਲੱਗਾ ਕਿ ਤੁਹਾਡੇ ਪਿਤਾ ਜੀ ਹਮਲੇ ਤੋਂ ਬਾਅਦ ਕੁਝ ਕੁਝ ਚੁੱਪ ਰਹਿਣਾ ਸ਼ੁਰੂ ਹੋ ਗਏ ਇਦਾਂ ਹੀ ਹਾਂਜੀ ਇਸ ਤੋਂ ਬਾਅਦ ਫਿਰ ਤੁਸੀਂ ਭਾਈ ਬੀਨ ਸਿੰਘ ਦੇ ਹਾ ਭਾਵੀ ਪੜੇ ਹੋਣਗੇ ਬੀਨ ਸਿੰਘ ਵੀ ਅਸੀਂ ਐਨਾ ਨਹੀਂ ਨੀ ਧਿਆਨ ਦਿੱਤਾ ਪਰ ਇੱਕ ਵਾਰ ਦੀ ਉਹ ਗੁਰਦੁਆਰਾ ਮੋਤੀਵਾਗ ਦੀ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਸਿੰਘ ਦਾ ਕੀਰਤਨ ਸੀਗਾ ਉਹਨਾਂ ਦਿਨਾਂ ਦਰਸ਼ਨ ਸਿੰਘ ਜੀ ਦਿੱਲੀ ਦੇ ਵਿੱਚ ਥੋੜਾ ਗਰਮ ਜੋਸ਼ੀ ਵਾਲਾ ਕੀਰਤਨ ਕਰਦੇ ਸੀ ਤੇ ਲੋਕੀ ਬਹੁਤ ਇਕੱਠ ਹੁੰਦਾ ਸੀ ਉਹਨਾਂ ਦੇ ਕੀਰਤਨ 'ਚ ਤੇ ਇਹ ਅਗਸਤ 84 ਦੀ ਗੱਲ ਹੈ ਕਿ ਉਹ ਉਹਨਾਂ ਦਿਨਾਂ ਰਕੜੀ ਦਾ ਤਿਹਾਰ ਕੋਲ ਸੀ 4 ਅਗਸਤ ਦੀ ਗੱਲ ਹੈ ਸ਼ਾਇਦ ਤੇ ਉਹ ਕੀਰਤਨ ਕਰਦੇ ਕਰਦੇ ਵਿਆਖਿਆ ਕਰਦੇ ਉਹ ਗੱਲ ਕਰ ਰਹੇ ਸੀ ਵੀ ਅੱਜ ਉਹ ਭੈਣਾ ਵੀ ਇੰਤਜ਼ਾਰ ਕਰ ਰਹੀਆਂ ਉਹਨਾਂ ਕੀ ਆਪਣੇ ਵੀਰਾਂ ਦਾ ਵੀ ਜਿਨ੍ਹਾਂ ਦੇ ਵੀਰ ਉਸ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸ਼ਹੀਦ ਹੋ ਗਏ ਤੇ ਉੱਥੇ ਸਾਰੀ ਬੈਠੀ ਜਿਹੜੀ ਸੰਗਤ ਸੀ ਉੱਥੇ ਸਾਡੇ ਪਿਤਾ ਜੀ ਵੀ ਸੀ ਬਿਆਨ ਸਿੰਘ ਜੀ ਵੀ ਸੀ ਮੈਂ ਵੀ ਸੀ ਹੋਰ ਵੀ ਸੀ ਬੰਦੇ ਉੱਤੇ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹ ਉਸ ਵਕਤ ਸਾਡੇ ਪਿਤਾ ਜੀ ਨੇ ਬਿਆਨ ਸਿੰਘ ਨੂੰ ਥਾਪੜਾ ਦਿੱਤਾ ਵੀ ਤੂੰ ਰੋ ਨਾ ਵੀ ਕੁਝ ਕਰਾਂਗੇ ਆਪਾਂ ਮੈਂ ਵੀ ਨਾਲ ਬੈਠਾ ਆਇਆ ਸੀ ਤੇ ਉਹ ਫਿਰ ਉਹਨਾਂ ਦੇ ਹੰਝੂ ਥੋੜੇ ਹੋਏ ਚੱਲ ਇਹ ਬਾਕੀ ਸਾਨੂੰ ਇਹ ਨਹੀਂ ਸੀ ਵੀ ਇਹ ਇਹ ਕਰੇ ਕੁਝ ਕਰ ਰਹੇ ਹੈ ਕਿਉਂਕਿ ਬਾਅਦ ਵੀ ਜਬ ਸਾਡੇ ਬੀਜੀ ਅਸੀਂ ਕਈ ਵਾਰ ਬੈਠੇ ਹੁਣ ਜਬ ਬੀਜੀ ਲਾਸਟ ਦੇ ਬਿਮਾਰ ਨੇ ਤੇ ਅਸੀਂ ਗੱਲਾਂ ਕਰਦੇ ਸੀ ਪੁਰਾਣੀਆਂ ਤੇ ਬੀਜੀ ਨੂੰ ਅਸੀਂ ਕਹਿੰਦੇ ਸੀ ਬੀਜੀ ਤੁਹਾਨੂੰ ਉਹ ਬੀਜੀ ਕਹਿੰਦੇ ਸੀ ਕਹਿੰਦੇ ਪੱਪੀ ਮੈਨੂੰ ਪਿਆਰ ਨਾਲ ਪੱਪੀ ਕਹਿੰਦੇ ਕਹਿੰਦੇ ਪੱਪੀ ਅਗਰ ਮੈਨੂੰ ਨਾ ਪਤਾ ਹੁੰਦਾ ਨਾ ਵੀ ਇਹਨਾਂ ਨੇ ਇਹ ਕੰਮ ਕਰਨਾ ਤੇ ਮੈਂ ਇਹਨਾਂ ਨੂੰ ਰੋਕ ਲੈਂਦੀ ਤੇ ਮੈਂ ਬੀਜੀ ਨੂੰ ਕਿਹਾ ਮੈਂ ਕਿਹਾ ਬੀਜੀ ਅਗਰ ਤੁਹਾਨੂੰ ਪਤਾ ਚੱਲ ਜਾਂਦਾ ਸੀ ਫਿਰ ਇਹ ਕੰਮ ਹੀ ਨਹੀਂ ਹੋਣਾ ਸੀ ਇਹ ਨਹੀਂ ਉਹਨਾਂ ਨੇ ਕਿਸੇ ਨੂੰ ਹਵਾ ਤੱਕ ਨਹੀਂ ਲੱਗਣ ਦਿੱਤੀ ਵੀ ਘਰ ਦੇ ਮੈਂ ਵੀ ਆਪਣੀ ਇੱਕ ਧਰਮ ਪਤਨੀ ਆਪਣੀ ਉਹ ਹੁੰਦੀ ਹੈ ਰਾਜ ਉਹਨਾਂ ਨੇ ਉਹਨਾਂ ਨੂੰ ਵੀ ਇਹ ਦੱਸਿਆ ਵੀ ਉਹਨਾਂ ਨੇ ਕਿਉਂਕਿ ਇਹ ਕੰਮ ਕਰਨਾ ਸੀ ਹੋਰ ਕੋਈ ਕਰ ਹੀ ਨਹੀਂ ਸਕਦਾ ਸੀ ਉਹ ਉਸ ਮਕਸਦ ਦੀ ਦੇਵੜਾਪੜ ਨੂੰ ਸਮਝਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਉਹਨਾਂ ਦਾ ਦਿਲ ਤਾਂ ਯਾਨੀ ਬਾਅਦ ਅਸੀਂ ਗੱਲਾਂ ਕਰਦੇ ਸੀ ਉਹ ਕਹਿੰਦੇ ਸੀ ਵੀ ਮੇਰਾ ਦਿਲ ਕਰਦਾ ਸੀ ਇਹ ਕੰਮ ਮੈਂ ਕਰਾਂ ਪਰ ਮੇਰੇ ਕੋ ਕੋਈ ਹੋ ਨਹੀਂ ਸੀ ਮੈਂ ਉੱਤੇ ਤੱਕ ਪਹੁੰਚ ਨਹੀਂ ਕਰ ਸਕਦਾ ਸੀ ਤੇ ਫਿਰ ਮੇਰੇ ਜਹਨ ਦੇ ਵਿੱਚ ਆਇਆ ਵੀ ਕਿਉਂ ਨਾ ਬਿਆਨ ਸਿੰਘ ਨਾਲ ਗੱਲ ਕਰਕੇ ਦੇਖੀ ਫਿਰ ਉਹਨਾਂ ਨੇ ਬਿਆਨ ਸਿੰਘ ਨਾਲ ਗੱਲ ਕੀਤੀ ਬਿਆਨ ਸਿੰਘ ਪਹਿਲਾਂ ਤਾਂ ਉਹਨੇ ਮਨਾ ਕਰ ਦਿੱਤਾ ਸੀ ਨਹੀਂ ਮੈਂ ਤਾਂ ਉਹਦੀ ਸੁਰੱਖਿਆ ਵਾਸਤੇ ਤੇ ਮੈਂ ਕਿੱਦਾਂ ਉਹਨੂੰ ਕਰ ਸਕਦਾ ਤੇ ਫਿਰ ਬਾਅਦ ਚ ਮੰਨ ਗਿਆ ਸੀ ਤੇ ਸਾਡੇ ਪਿਤਾ ਜੀ ਨੇ ਕਿਹਾ ਵੀ ਤੂੰ ਕੱਲਾ ਹੈਗਾ ਇੱਕ ਬੰਦਾ ਹੋਰ ਤਿਆਰ ਕਰ ਲੈ ਤੇ ਫਿਰ ਉਹਨੇ ਭਾਈ ਸਤਵੰਤ ਸਿੰਘ ਜੀ ਨੂੰ ਗੱਲ ਕੀਤੀ ਉਹ ਮੰਨ ਗਿਆ ਸੀ ਜਲਦੀ ਹੀ ਤੇ ਉਹਨਾਂ ਨੇ ਫਿਰ ਸਭ ਕੁਝ ਤਿਆਰੀ ਇਹ ਸਾਡੇ ਪਿਤਾ ਜੀ ਨੇ ਸਾਨੂੰ ਬਾਅਦ ਚ ਦੱਸੀ ਜਦ ਤਿਹਾਰ ਜੇਲ੍ਹ ਦੇ ਵਿੱਚ ਅਸੀਂ ਮਿਲਣ ਜਾਂਦੇ ਸੀ ਨਾ ਫਿਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਉਹਨੇ ਕੰਮ ਕਰਨ ਹੀ ਜਾ ਰਹੇ ਹੋ ਤਾਂ ਤੁਸੀਂ ਪਹਿਲਾ ਪੂਰੇ ਗੁਰਸਿੱਖ ਬਣੋ ਅੰਮ੍ਰਿਤਧਾਰੀ ਬਣੋ ਤੇ ਉਹਨਾਂ ਨੇ ਫਿਰ ਭਾਈ ਬਿਆਨ ਸਿੰਘ ਜੀ ਨੇ 14 ਅਕਤੂਬਰ 1984 ਨੂੰ ਗੋਦਵਾਰਾ ਸਿੰਘ ਸਵਾ ਸੈਕਟਰ 6 ਦੇ ਵਿੱਚ ਅੰਮ੍ਰਿਤ ਪਾਨ ਕੀਤਾ ਤੇ ਗੁਰਗੇ ਸਿੱਖ ਬਲੇ ਤੇ ਫਿਰ 17 ਅਕਤੂਬਰ 1984 ਨੂੰ ਜੇ ਬੀਬੀ ਬਿਮਲਕੌਰ ਖਾਲਸਾ ਉਹਨੇ ਅੰਮ੍ਰਿਤ ਪਾਨ ਕੀਤਾ ਗੁਰਦੁਆਰਾ ਸੀਜਗਨ ਸਾਹਿਬ ਉਹ ਉਹਨਾਂ ਦਾ ਨਾਮ ਪਹਿਲਾਂ ਬਿਮਲਾ ਦੇਵੀ ਸੀ ਫਿਰ ਉਹ ਬਿਮਲਕੌਰ ਖਾਲਸਾ ਬਣੇ ਤੇ 24 ਅਕਤੂਬਰ ਨੂੰ ਭਾਈ ਸਤਵੰਤ ਸਿੰਘ ਜੀ ਨੇ ਉਹੀ ਸੈਕਟਰ 5 ਦੇ ਗੁਰਦੁਆਰੇ ਦੇ ਵਿੱਚ ਉੱਥੇ ਅੰਮ੍ਰਿਤ ਛਕਿਆ ਔਰ 31 ਨੂੰ ਇਹ ਉਹਨਾਂ ਨੇ ਪਾਣਾ ਵਰਤਾ ਦਿੱਤਾ ਇਹ અમરતી શક્તિ અમરત ਦੀ શક્તિ ਕਹਿ ਸਕਦੇ ਆ ਵੀ 14 ਤਰੀਕ ਤੋਂ 31 ਤਰੀਕ ਤੱਕ ਲਗਾ ਲੋ ਦਿਨ। ਹੋਰ ਕਹਿੰਦੇ ਨਾ ਵੀ ਉਹਨਾਂ ਨੂੰ ਆਪਣੇ ਘਰ ਦੀ ਪਰਵਾਹ ਨਹੀਂ ਸੀ ਉਹਨਾਂ ਨੂੰ ਗੁਰੂ ਘਰ ਦੀ ਪਰਵਾਹ ਸੀ। 11 ਨਵੰਬਰ ਨੂੰ ਮੇਰੇ ਤੋਂ ਵੱਡੇ ਭਾਈ ਸਾਹਿਬ ਦਾ ਵਿਆਹ ਰੱਖਿਆ ਹੋਇਆ ਸੀ। ਉਹਨਾਂ ਨੇ ਉਹਦੀ ਵੀ ਉਹਨਾਂ ਉਸਦੀ ਵੀ ਪਰਵਾਹ ਨਹੀਂ ਕੀਤੀ ਵੀ ਕਿੱਦਾਂ ਹੋਏਗਾ ਕਿੱਦਾਂ ਨਹੀਂ। ਉਹਨਾਂ ਨੂੰ ਆਪਣਾ ਘਰ ਛੋੜ ਕੇ ਗੁਰੂ ਘਰ ਦੇਖਿਆ ਵੀ ਮੈਂ ਉਹਦੀ ਬੇਅਦਵੀ ਦਾ ਬੰਦਾ ਲੈ ਸੀ। ਜੀ। ਕਿਦਾਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਪਿਤਾ ਜੀ ਨੇ ਇਡਾ ਵੱਡਾ ਕਾਰਨਾਮਾ ਕੀਤਾ? ਦੇਖੋ ਜਦ ਅਸੀਂ ਪੰਜਾਬ ਚ ਪਹਿਲਾਂ ਜਾਂਦੇ ਸੀ ਸਾਡੇ ਬੱਚੇ ਛੋਟੇ ਸੀ ਤੇ ਉੱਥੇ ਗੁਰਸਿੱਖ ਇਹਨਾਂ ਨੂੰ ਗੋਦੀਆਂ ਚੁੱਕ ਲੈਂਦੇ ਸੀ, ਚੁੰਮੀਆਂ ਲੈਂਦੇ ਸੀ। ਤੇ ਸਾਨੂੰ ਬੜਾ ਫਕਰ ਹੁੰਦਾ ਸੀ ਵੀ ਭਈ ਇਹਨਾਂ ਨੇ ਜਿਹੜੇ ਪਿਤਾ ਜੀ ਨੇ ਸਾਡਾ ਕੰਮ ਕੀਤਾ ਵੀ ਬਹੁਤ ਹੋਵੇਗਾ ਸਾਨੂੰ ਵੀ ਅੱਜ ਤੱਕ ਹੁਣ ਕਈ ਸਤਿਕਾਰ ਕਰਦੇ ਨੇ ਪਰ ਕਈ ਬਲੇਮ ਵੀ ਲਗਾਉਂਦੇ ਵੀ ਜਿੱਦਾਂ ਹੁਣ ਕਈ ਹਿੰਦੂ ਫੈਮਲੀ ਕਹਿੰਦੀ ਹੈ ਵੀ ਤੁਹਾਨੂੰ ਤਾਂ ਬੜਾ ਪੈਸਾ ਮਿਲਿਆ ਹੋਵੇਗਾ ਸਾਡੇ ਆਪਣੇ ਰਿਸ਼ਤੇਦਾਰ ਕਹਿੰਦੇ ਆ ਵੀ ਤੁਹਾਡੇ ਕੋਲ ਬਹੁਤ ਪੈਸਾ ਮਿਲਿਆ ਹੋਵੇਗਾ ਤੁਹਾਨੂੰ ਤਾਂ ਵੀ ਅਸੀਂ ਕਹਿੰਦੇ ਵੀ ਤੁਸੀਂ ਸਾਡੇ ਘਰ ਆ ਕੇ ਦੇਖੋ ਅਸੀਂ 15-15 ਸਾਲ ਤੱਕ ਬਲੈਕ ਐਂਡ ਵਾਈਟ ਟੀਵੀ ਤੇ ਚੱਲੇ ਇਹਦਾ ਬਾਬੇ ਦੀ ਕਿਰਪਾ ਸੀ ਸਾਨੂੰ ਨੌਕਰੀ ਮਿਲ ਗਈ ਚੱਲ ਮੈਂ ਬੈਂਕ ਤੋਂ ਰਿਟਾਇਰ ਹੋਇਆ ਹੁਣੀ 30 ਤਰੀਕ ਨੂੰ ਤੇ ਅਸੀਂ ਆਪੇ ਖੜੇ ਹੋਏ ਆਪੇ ਸਭ ਕੀਤਾ ਨਾ ਕਿਸੇ ਨੇ ਸਾਡੀ ਕੋਈ ਐਨੀ ਮਦਦ ਕੀਤੀ ਕੋਈ ਸਾਡੇ ਪਰਿਵਾਰ ਦੇ ਅਸੀਂ ਸਾਡੇ ਮਾਤਾ ਜੀ ਕਹਿੰਦੇ ਵੀ ਨਹੀਂ ਤੁਸੀਂ ਆਪਣਾ ਮਸਤ ਰੋ ਤੇ ਅਸੀਂ ਖੱਟੇ ਦਿਨ ਬੁਰੇ ਵੀ ਅੱਜ ਹੁਣ ਅਸੀਂ ਸੁੱਖ ਵੀ ਕੱਟ ਰਹੇ ਹਾਂ ਬਾਬੇ ਦੀ ਕਿਰਪਾ ਨਾਲ ਲੇਕਿਨ ਉਹ ਜਿਹੜੇ ਬਲੇਮ ਲੱਗਦੇ ਅੱਜ ਤੱਕ ਅੱਜ ਤੱਕ ਵੀ ਲੱਗ ਰਹੇ ਆ ਵੀ ਤੁਹਾਨੂੰ ਤਾਂ ਬੜਾ ਪੈਸਾ ਮਿਲਿਆ ਆਏਗਾ ਤੁਹਾਡੇ ਕੋਲ ਬੜੇ ਪੈਸੇ ਪਰ ਮੈਂ ਤਾਂ ਕਹਿੰਦਾ ਵੀ ਕੋਈ ਇੱਕ ਬੰਦਾ ਵੀ ਦੱਸ ਦੇਵੇ ਅਸੀਂ ਕਿਸੇ ਦੇ ਅੱਗੇ ਹੱਥ ੱਡੇ ਹੋਣ ਜਾਂ ਕਿਸੇ ਨੇ ਸਾਨੂੰ ਦਿੱਤੇ ਹੋਰ ਭਾਈ ਸਾਹਿਬ ਐ ਤਾਂ ਨਹੀਂ ਕਿ ਇਹ ਜਿਹੜੇ ਦੋਸ਼ਾਂ ਦੀ ਸ਼ੁਰੂਆਤ ਸਰਕਾਰ ਨੇ ਕਰ ਦਿੱਤੀ ਹੋਵੇ ਕਿ ਜਦੋਂ ਸਿੰਘਾਂ ਨੂੰ ਚੁੱਕਿਆ ਗਿਆ ਉਹ ਉਦੋਂ ਦੀਆਂ ਗੱਲਾਂ ਵੀ ਸਾਹਮਣੇ ਅੱਜ ਤੱਕ ਆਉਂਦੀਆਂ ਕਿ ਸਰਕਾਰ ਨੇ ਵੀ ਇਹ ਗੱਲ ਲੱਭਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਕਤਲ ਕੀਤਾ ਗਿਆ ਖੋਰੇ ਪੈਸਿਆਂ ਦੇ ਕਰਕੇ ਕੀਤਾ ਗਿਆ ਇਹ ਸ਼ਾਇਦ ਉਸ ਦੀ ਲਗਾਤਾਰਤਾ ਵਾ ਜਾਂ ਦੁਨਿਆਵੀ ਬੁੱਧੀ ਦੀ ਇੱਕ ਸੀਮਾ ਵਾ ਕਿ ਇੱਕ ਸ਼ਹਾਦਤ ਨੂੰ ਕੋਈ ਪੈਸੇ ਨਾਲ ਤੋਲੇ ਜਾ ਕੇ ਸਵਾਲ ਪੈਦਾ ਕਰੇ ਤੇ ਇਹ ਬਿਲਕੁਲ ਬੇਵਜਹ ਜੀ ਗੱਲ ਆ ਕਿ ਕਿਸੇ ਸ਼ਹੀਦ ਸਿੰਘ ਦੇ ਪਰਿਵਾਰ ਬਾਰੇ ਕੋਈ ਪੈਸੇ ਦੀ ਗੱਲ ਕਰਦੀ ਕਿਉਂਕਿ ਜਿਨ੍ਹਾਂ ਨੂੰ ਸਿੱਖੀ ਪਿਆਰੀ ਹੁੰਦੀ ਆ ਪੈਸਾ ਉਸ ਗੱਲ ਨੂੰ ਤੋਲ ਨਹੀਂ ਸਕਦਾ ਪੈਸਾ ਗੁਜਰਾਨ ਹੋ ਸਕਦਾ ਜ਼ਿੰਦਗੀ ਕੱਟਣ ਦੇ ਲਈ ਪ੍ਰਸ਼ਾਦਾ ਪਾਣੀ ਛਕਣ ਦੇ ਲਈ ਪ੍ਰਸ਼ਾਦੇ ਦੀ ਲੋੜ ਬੇਸ਼ੱਕ ਖਰਚੇ ਦੀ ਲੋੜ ਹੁੰਦੀ ਆ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਉਹਨਾਂ ਪੈਸੇ ਲਈ ਨਹੀਂ ਕੀਤਾ ਸੋ ਜੇ ਕੋਈ ਅਜੇ ਹਾ ਵਿਚਾਰ ਅਜੇ ਵੀ ਮਨ 'ਚ ਰੱਖੇ ਤਾਂ ਭਾਈ ਸਾਹਿਬ ਦੇ ਜਿਹੜੇ ਵਿਚਾਰ ਆ ਤੁਸੀਂ ਸੁਣ ਰਹੇ ਹੋ ਇਹ ਜਵਾਬੀ ਵਿਚਾਰ ਨੂੰ ਕਹਿੰਦੇ ਅਸੀਂ ਮਿਹਨਤ ਕੀਤੀ ਆ ਅਕਾਲ ਪੁਰਖ ਦੀ ਕਿਰਪਾ ਨਾਲ ਪੜੇ ਸਨ ਵੇਲੇ ਦੇ ਤੇ ਨੌਕਰੀ ਮਿਲ ਗਈ ਸਹੀ ਤਰ੍ਹਾਂ ਬੈਂਕ ਦੇ ਵਿੱਚ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਜੀਵਨ ਜਿਹੜਾ ਵਾ ਅਗਾ ਆਪਣੇ ਬੱਚਿਆਂ ਨੂੰ ਪੜਾ ਰਹੇ ਜਾਂ ਬੱਚੇ ਉਹਨਾਂ ਦੀ ਮਿਹਨਤ ਕਰ ਰਹੇ ਆ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਕੌਮ ਦਾ ਸ਼ਹੀਦ ਜੇ ਉਸ ਦਾ ਪਰਿਵਾਰ ਚੰਗੀ ਰੋਟੀ ਖਾਂਦਾ ਹੋਵੇ ਤੇ ਫਿਰ ਚੰਗੀ ਗੱਲ ਹੀ ਆ ਕਿਸੇ ਨੂੰ ਕੋਈ ਅਜੀਹਾ ਕਹਿਣ ਦੀ ਲੋੜ ਨਹੀਂ ਨਾਲ ਇਹ ਵੀ ਕਿਹਾ ਕਿ ਸ਼ਾਇਦ ਕੋਈ ਹਿੰਦੂ ਵੀ ਇਸ ਤਰ੍ਹਾਂ ਦੀ ਕਹਿੰਦੇ ਸੀ ਵੀ ਤੁਹਾਨੂੰ ਤਾਂ ਬੜਾ ਪੈਸਾ ਮਿਲਿਆ ਹੋਵੇਗਾ। ਔਰ ਕਈ ਵਾਰ ਕਈ ਹਿੰਦੂ ਭਰਾ ਸਾਡੇ ਐਸੇ ਵੀ ਕਹਿੰਦੇ ਸੀ ਵੀ ਉਹਨਾਂ ਨੂੰ ਕਹਿੰਦੇ ਵੀ ਸਾਡੇ ਪਰਿਵਾਰ ਨੂੰ ਦੇਖ ਕੇ ਜਿੱਨਾ ਅਸੀਂ ਗਰੀਬੀ ਦੀ ਹਾਲਤ ਤੇ ਕੱਟੀ ਹੈ ਉਹ ਕਹਿੰਦੇ ਵੀ ਤੁਹਾਡੇ ਪਿਤਾ ਜੀ ਨੇ ਇੰਨੀ ਬੜੀ ਸ਼ਹਾਦਤ ਦਿੱਤੀ ਐ ਇੰਨਾ ਬੜਾ ਕਾਰਨਾਮਾ ਕੀਤਾ ਵੀ ਤੁਹਾਨੂੰ ਕੋਈ ਪੁੱਛਣ ਨਹੀਂ ਆਇਆ ਇਹ ਦੋਵੇਂ ਗੱਲਾਂ ਸੁਣਨ ਦਾ ਹਾਂ ਉਹ ਦੋਨੋਂ ਗੱਲਾਂ ਵੀ ਇੱਕ ਤਰ੍ਹਾਂ ਬਲੇਮ ਲੱਗਦਾ ਇੱਕ ਤਰ੍ਹਾਂ ਉਹਨਾਂ ਦੀ ਫੀਲਿੰਗ ਐ ਵੀ ਦੇਖੋ ਕੋਈ ਇੰਨੀ ਬੜੀ ਉਹਨਾਂ ਨੇ ਸ਼ਹਾਦਤ ਦਿੱਤੀ ਐ ਤੇ ਕੋਈ ਪੁੱਛਣ ਵਾਲਾ ਨਹੀਂ ਹੁਣ ਵੀ ਸਾਨੂੰ ਕਈ ਵਾਰ ਬੁਲਾਉਂਦੇ ਆ ਕਾਲ ਤੱਕਰ ਤੇ ਆ ਕਿਤੇ ਬਾਬਾ ਨਾਮ ਸਿੰਘ ਦੇ ਉਹ ਇੱਕ ਸਰੂਪਾ ਪਾ ਕੇ ਦੇ ਦਿੰਦੇ ਐ ਪਰ ਅਸੀਂ ਕਹਿੰਦੇ ਅਸੀਂ ਮੈਂ ਉਹ 200 ਮੇਰੇ ਕੋ 200 ਤੋਂ 400 ਰੁਪਏ ਜੇ ਵੀ ਭੇ ਮੈਂ ਸਾਮ ਕੇ ਰੱਖੇ ਹੋਏ ਵੇ ਕੋ ਸਤਕਾਰ ਹੈ ਚਲੋ ਲੇਕਿਨ ਅਸੀਂ ਚਾਹਨੇ ਵੀ ਜਿਹੜੇ ਜਿਸ ਮਰਿਆਦਾ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਿੱਤੀ ਅੱਜ ਅਕਾਲ ਤਖਤ ਤੇ ਜਿਹੜੇ ਜਥੇਦਾਰ ਬੈਠੇ ਐ ਮੈਂ ਕੋਈ ਉਹਨਾਂ ਦੇ ਉੱਤੇ ਬਲੇਮ ਨਹੀਂ ਲਗਾਉਣਾ ਚਾਹੁੰਦਾ ਪਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਇਸ ਥਾਂ ਤੇ ਬੈਠੇ ਆ ਤੇ ਕਿਸ ਕਰਕੇ ਬੈਠੇ ਹਾਂ ਇਹਨਾਂ ਦੀ ਕੁਰਬਾਨੀ ਕਰਕੇ ਬੈਠੇ ਜਿੱਦਾਂ ਬਾਬਰੀ ਮਸਜਿਦ ਢਹ ਢੇਰੀ ਕਰ ਦਿੱਤੀ ਸੀ ਅਕਾਲ ਤਖਤ ਵੀ ਢਹ ਢੇਰੀ ਹੋ ਗਿਆ ਸੀ ਕੀ ਪਤਾ ਬਾਜ ਗਰੇ ਨਾ ਬਦਲਾ ਲਿੰਦੇ ਤੇ ਕੀ ਪਤਾ ਬਣਨਾ ਵੀ ਸੀ ਕਿ ਨਹੀਂ ਬਣਨਾ ਸੀ ਤੇ ਇਸ ਕਰਕੇ ਜਿਹੜਿਆ ਉਹਨਾਂ ਨੂੰ ਚਾਹੀਦਾ ਵੀ ਜਿਹੜੀ ਉਹਨਾਂ ਦੀ ਸੋਚ ਸੀ ਉਸ ਤੇ ਸੋਚ ਤੇ ਪਹਿਰਾ ਦੇ ਅੱਗੇ ਨੂੰ ਉਹਨਾਂ ਦੀ ਕੋਈ ਯਾਦਗਾਰ ਬਣਾਣ ਮੈਂ ਦਿੱਲੀ ਗੁਰਦੁਆਰਾ ਕਮੇਟੀ ਨੂੰ 89 ਤੋਂ ਲੈ ਕੇ ਚਿੱਠੀਆਂ ਲਿਖਦਾ ਰਿਹਾ ਇਹਨਾਂ ਦੀ ਕਮਸੇ ਕਮ ਨਦੀ ਇਹ ਫੋਟੋਆਂ ਅਜੈਬ ਘਰ ਦੇ ਵਿੱਚ ਲਗਾ ਦਿਓ 2002 ਦੇ ਵਿੱਚ ਮਨੂੰ ਚਿੱਠੀ ਆਂਦੀ ਵੀ ਇਹਨਾਂ ਦੀ ਤਿੰਨਾਂ ਦੀਆਂ ਫੋਟੋਆਂ ਦੇ ਦਿਓ ਫਿਰ ਜਦ ਮੈਂ ਫੋਟੋਆਂ ਲੈ ਕੇ ਗਿਆ ਇਹ ਕਹਿੰਦੇ ਸੀ ਸੰਦਾ ਸੀ ਅੰਮ੍ਰਿਤਸਰ ਤੋਂ ਮਂਗਾਵਾਗੇ ਸੀ ਕੋਈ ਗੱਲ ਨਹੀਂ ਫਿਰ ਇਹਨੇ ਲਗਾ ਦਿੱਤੀਆਂ ਫਿਰ 2000 ਸਰਨਾ ਦੇ ਟਾਈਮ ਦੇ ਵਿੱਚ ਕਹਿੰਦੇ ਜੀ ਅਸੀਂ ਅਜੈਬ ਘਰ ਨੂੰ ਰੈਨੂਏਟ ਕਰਨਾ ਹੈ ਤੇ ਉਹ ਜੱਦੀਆਂ ਹਟਾਈਆਂ ਹੋਈਆਂ ਅਜੇ ਤੱਕ ਨਹੀਂ ਲੱਗੀਆਂ ਮੈਂ ਹਰ ਜਗ੍ਹਾ ਕਹਿੰਦਾ ਰਿਹਾ ਵੀ ਕਮਸੇ ਇਹਨਾਂ ਦੀਆਂ ਫੋਟੋਆਂ ਹੀ ਲਗਾ ਦਿਓ ਵੇ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਦੇਖਣ ਵੀ ਇਹਨਾਂ ਨੇ ਇਹਨਾਂ ਬੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲਿੱਤਾ ਤੇ ਦੂਜੀ ਗੱਲ ਵੀ ਸਾਡੇ ਮਾਤਾ ਜੀ ਰੋਕਦੇ ਨੇ ਕਹਿੰਦੇ ਸੀ ਨਹੀਂ ਬੇਟੇ ਤੂੰ ਆਪੇ ਆਪਣੇ ਪਹਿਲਾ ਬੱਚੇ ਪਾਲੋ ਆਪਣੀ ਜੌਬ ਕਰੋ ਉਸ ਤੋਂ ਬਾਅਦ ਤੁਸੀਂ ਜੋ ਕਰਨਾ ਹੈ ਤੁਸੀਂ ਕਰਨਾ ਸ਼ਹੀਦ ਭਾਈ ਕੇਰ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚ ਬਹਿ ਕੇ ਉਹਨਾਂ ਦੇ ਪੁੱਤਰ ਸਰਦਾਰ ਸਤਵੰਦ ਸਿੰਘ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਤਾਂ ਇਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਕੋਲ ਸ਼ਹੀਦ ਭਾਈ ਕੇਰ ਸਿੰਘ ਹੁਣਾਂ ਦੀਆਂ ਕੁਝ ਜਾਦਾਂ ਸਾਂਭੀਆਂ ਹੋਈਆਂ। ਉਹਨਾਂ ਜਾਦਾਂ ਦੇ ਵਿੱਚ ਇੱਕ ਚਿੱਠੀ ਆ। ਇਹ ਚਿੱਠੀ ਸ਼ਹੀਦ ਭਾਈ ਕੇਰ ਸਿੰਘ ਨੇ ਆਪਣੇ ਜੀਜਾ ਜੀ ਨੂੰ ਲਿਖੀ। ਇਹਦੇ ਵਿੱਚ ਸਭ ਤੋਂ ਪਹਿਲਾਂ ਦੱਸਣਾ ਯੋਗ ਆ ਕਿ ਭਾਈ ਕੇਰ ਸਿੰਘ ਵੱਲੋਂ ਇਹ ਚਿੱਠੀ 2.7.1984 ਨੂੰ ਲਿਖੀ ਗਈ। ਜਦ ਕਿ ਹਮਲਾ ਜਿਹੜਾ ਵਾ ਜੂਨ ਮਹੀਨੇ ਹੋ ਕੇ ਹਟਿਆ, ਤਕਰੀਬਨ 1 ਮਹੀਨੇ ਬਾਅਦ ਇਹ ਚਿੱਠੀ ਆਪਣੇ ਇੱਕ ਰਿਸ਼ਤੇਦਾਰ ਨੂੰ ਸ਼ਹੀਦ ਭਾਈ ਕੇਰ ਸਿੰਘ ਲਿਖਦੇ। ਇਸ ਚਿੱਠੀ ਦੇ ਵਿਚਾਲੇ ਲਫ਼ਜ਼ ਇਹ ਨੇ ਕਿ ਇਸ ਸਾਕੇ ਨਾਲ ਤੁਸੀਂ ਇਹ ਨਾ ਸਮਝਣਾ ਕਿ ਕੌਮ ਖਤਮ ਹੋ ਜਾਵੇਗੀ ਇਸ ਦੇ ਨਾਲ ਤੇ ਖਾਲਸਾ ਪੰਥ ਹੋਰ ਜਾਗੇਗਾ। ਇਹ ਲਫ਼ਜ਼ ਨੇ ਜਦੋਂ ਉਹ ਸ਼ਹਾਦਤ ਵੱਲ ਵਧੇ ਜਾ ਰਹੇ ਸਨ ਤੇ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਸ਼ਹੀਦ ਭਾਈ ਸਤਵੰਦ ਸਿੰਘ ਸ਼ਹੀਦ ਭਾਈ ਬਿਆਨ ਸਿੰਘ ਅਤੇ ਉਹਨਾਂ ਦੋਵਾਂ ਖਾਲਸਿਆਂ ਨੂੰ ਪ੍ਰੇਰਨ ਵਾਲੇ ਭਾਈ ਕੀਰ ਸਿੰਘ ਹੋਣਾ ਦੇ ਯੋਗਦਾਨ ਦੇ ਨਾਲ ਹੋਇਆ ਖਾਲਸਾ ਇਨਸਾਫ ਜਿਹੜਾ ਸਿੱਖਾਂ ਨੇ ਕੀਤਾ ਸੋ ਸਾਨੂੰ ਇਹਨਾਂ ਆਪਣੇ ਯੋਧਿਆਂ ਉੱਤੇ ਬਹੁਤ ਮਾਣ ਆ ਸੋ ਗੱਲਬਾਤ ਨੂੰ ਅਸੀਂ ਅੱਗੇ ਬਤਾਉਂਦੇ ਹਾਂ ਜੀ ਹਾਂਜੀ ਭਾਈ ਸਾਹਿਬ ਜਿਹੜੀਆਂ ਵਸਤਾਂ ਨੇ ਜਿਹਦੇ ਵਿੱਚ ਇੱਕ ਚਿੱਠੀ ਆ ਤੁਹਾਡੇ ਕੋਲ ਇਸ ਤੋਂ ਇਲਾਵਾ ਹੋਰ ਕੀ ਕੀ ਸਾਹਮਿਆ ਹੋਇਆ ਉਸ ਉਸ ਤੋਂ ਬਾਅਦ ਸਾਡੇ ਕੋਲ ਇੱਕ ਕਵਨਾਂ ਦੇ ਘੜੀ ਹੈਗੀ ਜਿਹੜੀ ਐਚ ਐਮਟੀ ਦੀ ਉਹ ਬੰਦੇ ਸੀ ਪਹਿਲਾਂ ਐਚ ਐਮਟੀ ਦੀ ਚੱਲਦੀ ਸੀ ਚਾਬੀ ਵਾਲੀ ਉਹ ਅਜੇ ਵੀ ਚੱਲਦੀ ਹੈ ਮੇਰੇ ਕੋਲ ਪਈ ਹੈ ਇੱਕ ਉਹ ਪਲੇਟਾਂ ਹੈਗੀਆਂ ਜਿਹੜੀਆਂ ਕੀ ਕਹਿੰਦੇ ਉਹਨਾਂ ਨੂੰ ਤਿਹਾਰ ਜੇਲ ਦੇ ਅੰਦਰ ਜਿਹਦੇ ਵਿੱਚ ਉਹ ਲੰਗਰ ਛਕਦੇ ਸੀ ਕਿਉਂਕਿ ਉੱਤੇ ਮੈਟਲ ਦੀ ਕੋਈ ਚੀਜ਼ ਜਾਣ ਨਹੀਂ ਦਿੰਦੇ ਸੀ ਤੇ ਉਹ ਪਲਾਸਟਿਕ ਦੀਆਂ ਪਲੇਟਾਂ ਜੀ ਉਹਨਾਂ ਨੂੰ ਲੰਗਰ ਪਾਣੀ ਚ ਗਾਉਂਦੇ ਸੀ ਉਹ ਪਲੇਟਾਂ ਐ ਮੇਰੇ ਕੋ ਫਿਰ ਇੱਕ ਉਹਨਾਂ ਦਾ ਸੂਟ ਉਹਨਾਂ ਨੇ 2 ਪੀਸ ਸੂਟ ਪਾ ਕੇ ਯਾਨੀ 22 ਜਨਵਰੀ ਨੂੰ ਜਿਹੜਾ ਪਹਿਲਾ ਡਿਸੀਜਨ ਹੋਇਆ ਸੀ ਤਿਆੜ ਜੇਲ੍ਹ ਦੇ ਵਿੱਚ ਉਹਨਾਂ ਨੇ ਸੋਚਿਆ ਸੀ ਉਹਨਾਂ ਦੇ ਵਕੀਲ ਨੇ ਕਹੇ ਸੀ ਤੁਸੀਂ ਤਾਂ ਬਰੀ ਹੋ ਜਾਓਗੇ ਤੇ ਉਹ ਪੂਰੇ ਤਿਆਰਬਰ ਤਿਆਰ ਹੋ ਕੇ 2 ਪੀਸ ਪਾ ਕੇ ਲਾਲ ਪਗੜੀ ਬੰਨ ਕੇ ਦਸਤਾਰ ਸਜਾ ਕੇ ਆਏ ਸੀ ਉਹ ਪਿਆ ਇੱਕ ਜਿਹੜਾ ਉਹ ਅੰਦਰ ਉਹ ਕੁੜਤਾ ਪਜਾਮਾ ਜਿਹੜਾ ਅੰਦਰ ਉਹ ਪਾਉਂਦੇ ਸੀ ਉਹ ਪਿਆ ਹੈਗਾ ਮੇਰੇ ਕੋਲ ਇੱਕ ਬਟਕੂਆ ਵੀ ਪਿਆ ਉਹ ਇੱਕ ਪਰਸ ਵੀ ਜਿਹੜਾ ਉਹਨਾਂ ਦਾ ਉਹਨਾਂ ਨੂੰ ਜਿਸ ਵਕਤ ਅਰੈਸਟ ਕੀਤਾ ਉਸ ਵਕਤ ਜਿਹੜਾ ਉਹਨਾਂ ਦੀ ਜੇਬ ਚੋਂ ਨਿਕਲਿਆ ਉਹ ਪਰਸ ਵੀ ਹੈਗਾ ਮੇਰੇ ਕੋਲ ਉਹਦੇ ਜਿਹੜੇ ਪੈਸੇ ਥੋੜੇ ਬਹੁਤ ਹੈਗੇ ਉਹ ਮਾਤਾ ਜੀ ਨੇ ਸਾਨੂੰ ਦਿੱਤੇ ਸੀ ਸਾਰਿਆਂ ਨੂੰ ਵੰਡ ਵੀ ਦਿੱਤੇ ਸੀ ਤੇ ਜਿਹੜੇ ਮੇਰੇ ਕੋਲ ਹੈ ਉਹਦੇ ਚ 65 ਪੈਸੇ ਹੈਗੇ ਉਹਦੇ ਪੁਰਾਣੇ ਜਿਹੜੇ ਚੱਲਦੇ ਸੀ ਪਹਿਲਾਂ ਜੀ ਤੇ ਇੱਕ ਹੋਰ ਦੋ ਆ ਗਏ ਜਿਹਦੇ ਵਿੱਚ ਆਪਾਂ ਫੁੱਲ ਲੈ ਕੇ ਜਾਂਦੇ ਆ ਨਾ ਜਿਹੜੇ ਦਰਿਆ ਦੇ ਵਿੱਚ ਜੈਸਟ ਦੇ ਆ ਉਹ ਬੋਰੀ ਦੇ ਉੱਤੇ ਲੱਗੇ ਹੋਏ ਸੀ ਵੀ ਲਿਖਿਆ ਸੀ ਇਹ ਵੇ ਨਾ ਦੀਆਂ ਆਸਤੀਆਂ ਐ ਇਹਨਾਂ ਦੇ ਉਹ ਫੁੱਲ ਲੈ ਗਏ ਉਹ ਸਲਿੱਪ ਉਹ ਵੀ ਸਲਿੱਪ ਆਈ ਏ ਮੇਰੇ ਕੋ ਜੀ ਕਿਉਂਕਿ ਉਹ ਇਹਨਾਂ ਨੂੰ ਕਿਰਤਪੁਰ ਸਾਹਿਬ ਨਹੀਂ ਲੈ ਕੇ ਗਏ ਇਹਨਾਂ ਨੂੰ ਹਰਦਵਾਰ ਦੇ ਵਿੱਚ ਉੱਥੇ ਪ੍ਰਵਾਨ ਕੀਤੀ ਹੈ ਜੀ ਪ੍ਰਵਾਹ ਕੀਤੀ ਹੈ ਸੋ ਇਹ ਜਿਹੜੀਆਂ ਆਜਾਦਾ ਨੇ ਬੜੀਆਂ ਸੀਨੇ ਨਾਲ ਇਸ ਪਰਿਵਾਰ ਨੇ ਸ਼ਹੀਦ ਦੀਆਂ ਲਾ ਕੇ ਰੱਖੀਆਂ ਇਹ ਸਾਰੀ ਕੌਮ ਦੇ ਸ਼ਹੀਦ ਨੇ ਸਿੱਖ ਕੌਮ ਦਾ ਮਾਣ ਨੇ ਸ਼ਹੀਦ ਭਾਈ ਕੇਰ ਸਿੰਘ ਗੱਲਬਾਤ ਨੂੰ ਥੋੜਾ ਅੱਗੇ ਹੋਰ ਤੋਰਦੇ ਆ ਕਿ ਜਦੋਂ ਸ਼ਹੀਦ ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਗਈ ਉਹ ਦ੍ਰਿਸ਼ ਇੱਕ ਪਾਸੇ ਤਾਂ ਕੌਮ ਦੇ ਲਈ ਬੜਾ ਮਾਣਯੋਗ ਬੜਾ ਸਤਕਾਰਯੋਗ ਅਥੇ ਜਦੋਂ ਸਰੀਰ ਤੌਰ ਤੇ ਘਰ ਤੋਂ ਸਾਡਾ ਕੋਈ ਜੀਵ ਵਿਛੜਦਾ ਤਾਂ ਇੱਕ ਅੰਦਰੋਂ ਅੰਦਰੋਂ ਇੱਕ ਦੁੱਖ ਦੀ ਲਹਿਰ ਵੀ ਪੈਦਾ ਹੁੰਦੀ ਹੈ ਕਿ ਇਹ ਜੀ ਨੇ ਸਾਨੂੰ ਕਦੇ ਨਹੀਂ ਮਿਲਣਾ ਇਹ ਸਾਂਝੇ ਰਲੇ ਮਿਲੇ ਹਾਵ ਭਾਵ ਹੁੰਦੇ ਜਿੱਥੇ ਮਾਣ ਇਨਾ ਵੱਡਾ ਹੁੰਦਾ ਕਿ ਸ਼ਹਾਦਤ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੋਦ ਵਿੱਚ ਜਾਨ ਵਰਗੇ ਅਹਿਸਾਸ ਦੇ ਨਾਲ ਸਾਨੂੰ ਜੋੜਦੀ ਸ਼ਹਾਦਤ ਹਰ ਇੱਕ ਸਿੱਖ ਨੂੰ ਨਹੀਂ ਮਿਲ ਸਕਦੀ ਇਹ ਜਿਸ ਤੇ ਕਿਰਪਾ ਹੋ ਜੇ ਉਸ ਸਿੱਖ ਨੂੰ ਹੀ ਮਿਲਦੀ ਹੈ ਸੋ ਜਦੋਂ ਭਾਈ ਸਾਹਿਬ ਉਹ ਡਾ ਸਮਾ ਸਾਨੂੰ ਥੋੜਾ ਦੱਸੋ ਕਿ 6 ਜਨਵਰੀ 1990 ਨੂੰ ਭਾਈ ਸਤਵੰਦ ਸਿੰਘ ਅਤੇ ਭਾਈ ਕੇਰ ਸਿੰਘ ਨੂੰ ਉਨ੍ਹਾਂ ਨੂੰ ਫਾਂਸੀ ਤਿਹਾਰ ਜੇਲ੍ਹ ਦੇ ਵਿੱਚ ਦੇ ਦਿੱਤੀ ਗਈ ਸਮਾ ਸਵੇਰ ਦਾ ਸੀ ਤੇ ਉਸ ਤੋਂ ਪਹਿਲਾਂ ਜਿਹੜੀਆਂ ਮੁਲਾਕਾਤਾਂ ਕੀਤੀਆਂ ਤੁਸੀਂ ਇਹ ਦੱਸੋ ਕਿ ਕੌਣ ਕੌਣ ਨਾਲ ਸੀ ਤੇ ਕਿਵੇਂ ਦੇ ਪਾਲ ਸਾਨੂੰ 6 ਜਨਵਰੀ ਨੂੰ ਇਹਨਾਂ ਨੂੰ ਫਾਂਸੀ ਹੋਣੀ ਸੀ ਤੇ ਇਹਨਾਂ ਨੇ 5 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਸਾਰਿਆਂ ਨੂੰ ਬੁਲਾਇਆ ਸੀ ਸਾਰੇ ਪਰਿਵਾਰ ਨੂੰ 7 ਵਜੇ 7 ਵਜੇ ਤੋਂ ਲੈ ਕੇ ਅਸੀਂ ਦੋ-ਦੋ ਦੇ ਗਰੁੱਪ ਦੇ ਵਿੱਚ ਅਸੀਂ ਰਾਤੀ 12:00 ਵਜੇ ਤੱਕ ਅਸੀਂ ਮੁਲਾਕਾਤਾ ਕਰਦੇ ਰਹੇ ਔਰ ਦੂਜੇ ਪਾਸੇ ਭਾਈ ਸਤਵੰਤ ਸਿੰਘ ਜੀ ਦੇ ਵੀ ਇਦਾਂ ਹੀ ਰਿਸ਼ਤੇਦਾਰ ਸੀ ਉਹਨਾਂ ਦੇ ਪਿਤਾ ਜੀ ਮਾਤਾ ਜੀ ਉਹਨਾਂ ਦੀ ਵੀ ਮੁਲਾਕਾਤਾ ਹੋ ਰਹੀ ਸੀ ਤੇ ਪੂਰਾ ਇਤਿਆਰ ਜੇਲ੍ਹ ਦੀ ਰੋਡ ਬੰਦ ਸੀਗੀ ਪਰ ਐਸੇ ਸੀ ਪਬਲਿਕ ਸੀ ਅਸੀਂ ਦੋ-ਦੋ ਕਰਕੇ ਅੰਦਰ ਜਾਂਦੇ ਸੀ ਦੋ ਜਣਿਆਂ ਨੂੰ ਪਰਮਿਸ਼ਨ ਹੁੰਦੀ ਸੀ ਤੇ ਜੋ ਮੁਲਾਕਾਤ ਕਰਕੇ ਆਉਂਦੇ ਸੀ ਤੇ ਫਿਰ ਤੇ ਉਸ ਵਕਤ ਅਸੀਂ ਡੈਡੀ ਦਾ ਜਜ਼ਬਾ ਦੇਖਿਆ ਸੀ ਉਹਨਾਂ ਦੇ ਕਿਸੇ ਨੂੰ ਤੁਸੀਂ ਕਹਿ ਦਿੰਨਾ ਵੀ ਤੈਨੂੰ ਕੈਂਸਰ ਹੈ ਤੇ ਉਹ ਤੇਰੇ 6 ਮਹੀਨੇ ਬਾਅਦ ਮੌਤ ਹੋ ਜਾਏਗੀ ਤਾਂ ਉਹ ਵੈਸੇ ਅੱਦਾ ਹੋ ਜਾਂਦਾ ਸੀ ਔਰ ਸਾਡੇ ਪਿਤਾ ਨੂੰ ਪਤਾ ਸੀ ਮੈਨੂੰ 8 ਵਜੇ ਸਵੇਰੇ ਫਾਂਸੀ ਹੋ ਜਾਣੀ ਪਰ ਉਹਨਾਂ ਦੇ ਜਿਹੜੇ ਮੂਹ ਦੇ ਉੱਤੇ ਜਿਹੜਾ ਜਲਾਲ ਸੀਗਾ ਉਹ ਦੇਖਣ ਵਾਲਾ ਸੀ ਉਹਨਾਂ ਨੂੰ ਬਿਲਕੁਲ ਚਿੰਤਾ ਨਹੀਂ ਸੀ ਵੀ ਮੈਨੂੰ ਫਾਂਸੀ ਹੋ ਜਾਏਗੀ ਤਾਂ ਵੈ ਔਰ ਉਹਨਾਂ ਦੀ ਇੱਕ ਸੀਗੀ ਵੀ ਮੇਰਾ ਸੰਸਕਾਰ ਮੇਰੇ ਪਿੰਡ ਕੀਤਾ ਜਾਏ ਪਰ ਉਹ ਫਿਰ ਸਾਡੇ ਵੱਡੇ ਭਾਈ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਉਹ ਪੁਲਿਸ ਵਾਲੇ ਮਨਾ ਕਰਦੇ ਵੀ ਵੀ ਅਸੀਂ ਉੱਥੇ ਨਹੀਂ ਲਿਜਾ ਸਕਦੇ ਤੇ ਅਗਲੇ ਦਿਨ ਫਿਰ ਅਸੀਂ 8 ਵਜੇ ਦੇ ਹਿਸਾਬ ਨਾਲ ਅਸੀਂ 7 ਵਜੇ ਉੱਥੇ ਪਹੁੰਚ ਗਏ ਸੀ ਸਾਨੂੰ ਤਿਹਾਰ ਜੇਲ੍ਹ ਤੋਂ ਥੋੜੀ ਦੂ ਦੋ ਯਾਨੀ 500 ਕਿਲੋਮੀਟਰ ਤੇ ਰੋਕ ਲਿਆ ਸੀ ਸਾਨੂੰ ਜਾਨ ਹੀ ਨਹੀਂ ਦਿੱਤਾ ਅਸੀਂ ਬੜੀ ਫਰਿਆਦਾ ਕੀਤੀ ਆ ਵੀ ਜਾਓ ਜਾਨ ਦੋ ਜਾਨ ਦੋ ਪਰਲੇ ਪਾਸੇ ਦੂਜੇ ਸਤਵੰਦ ਉਹਨਾਂ ਦੇ ਰਿਸ਼ਤੇਦਾਰ ਸੀ ਬਾਪੂ ਤੇ ਲੋਕ ਸਿੰਘ ਸੀ ਮਾਤਾ ਪਿਆਰਕੌਰ ਹੋਰ ਤੇ ਉਹਨਾਂ ਨੂੰ ਵੀ ਨਹੀਂ ਜਾਨ ਦਿੱਤਾ ਤੇ ਅਸੀਂ ਖੜੇ ਰਹੇ ਸਾਰੇ ਉਹਨਾਂ ਨੂੰ ਅਸੀਂ ਧੱਕਾ ਮੁੱਕੀ ਵੀ ਕੀਤੀ ਵੀ ਸਾਨੂੰ ਵੀ ਟਾਈਮ ਹੋ ਗਿਆ 8 ਵਜਣ ਵਾਲੇ ਨਹੀਂ ਜਾਨ ਦਿੱਤਾ ਲੇਕਿਨ ਜਦ ਉੱਥੇ ਤਿਹਾਰ ਜੇਲ੍ਹ ਦੇ ਅੰਦਰ ਉਹ ਜਿਕਾਰਿਆ ਦੀ ਉਹ ਆ ਜਾਈ ਨਾ ਜੀ ਤਾਂ ਤਾਂ ਸਾਨੂੰ ਲੱਗਿਆ ਵੀ ਉਹਨਾਂ ਉਹ ਆਵਾਜ਼ ਤੁਹਾਡੇ ਪਿਤਾ ਜੀ ਦੀ ਸੀ ਨਹੀਂ ਜਿਹੜੇ ਉੱਥੇ ਦੀ ਕੈਦੀ ਸੀ ਨਾ ਉਹਨਾਂ ਦੀ ਆਵਾਜ਼ ਜਿਹੜੇ ਤਿਆਰ ਜੇਲ੍ਹ ਦੇ ਵਿੱਚ ਬੰਦ ਸੀ ਨਾ ਲੋਕੀ ਉਹਨਾਂ ਦੇ ਜਿਕਾਰਿਆਂ ਦੀ ਆਵਾਜ਼ ਤੇ ਅਸੀਂ ਸੋਚਿਆ ਸਾਨੂੰ ਚਲੋ ਉਹਨਾਂ ਦੀ ਸ਼ਰੀਰ ਦੇ ਦੇਣਗੇ ਪਰ ਸਾਨੂੰ ਉਹ ਵੀ ਨਹੀਂ ਉਹਨਾਂ ਨੇ ਦਿੱਤੇ ਤੇ ਅਸੀਂ ਫੇਰ ਗੁਰਦੁਆਰਾ ਮੋਤੀਵਾ ਆ ਗਏ ਰਾਤ ਨੂੰ ਪੁਲਿਸ ਵਾਲੇ ਆਏ ਜੀਪ ਤੇ ਉਹ ਕਹਿੰਦੇ ਵੀ ਕੋਈ ਦੋ ਜਨੇ ਨੂੰ ਸਾਡੇ ਨਾਲ ਭੇਜ ਦੋ ਇਹਨਾਂ ਦੇ ਅਸੀਂ ਫੁੱਲ ਪਰਵਾਹ ਕਰਕੇ ਆਣੇ ਤੇ ਸਾਡੇ ਵੱਡੇ ਭਾਈ ਸਾਹਿਬ ਰਜਿੰਦਰ ਸਿੰਘ ਜੀ ਔਰ ਸਾਡੇ ਉਸ ਤੋਂ ਛੋਟੇ ਹਰਦੀਪ ਸਿੰਘ ਜੀ ਉਹ ਗਏ ਸੀ ਉਹਨਾਂ ਨੂੰ ਤੇ ਦੂਜੇ ਪਾਸੇ ਉਹ ਭਾਈ ਸਤਵੰਤ ਸਿੰਘ ਜੀ ਦੇ ਪਿਤਾ ਜੀ ਬਾਪੂ ਤੇ ਲੋਕ ਸਿੰਘ ਜੀ ਨੇ ਔਰ ਇੱਕ ਜਨੇ ਨੂੰ ਹੋਰ ਉਹ ਲਿਆਈ ਸੀ ਤੇ ਉਹਨਾਂ ਨੇ ਹਰਦوار ਕਿਸੇ ਜਗ੍ਹਾ ਤੇ ਉਹਨਾਂ ਦੇ ਫੁੱਲ ਪਰਵਾਹ ਕੀਤੀ ਸੀ ਤੇ ਸਾਨੂੰ ਉਹਨਾਂ ਦੇ ਯਾਨੀ ਸਰੀਰ ਦੇ ਦਰਸ਼ਨ ਵੀ ਨਹੀਂ ਕਰਾਇਆ ਇਹ ਨਹੀਂ ਸਾਨੂੰ ਉਹਨਾਂ ਦੀ ਰਾਖ ਤੱਕ ਨਹੀਂ ਦਿਖਾਈ ਸਾਨੂੰ ਉਹ ਉੱਥੇ ਹੀ ਨੇਰੇ ਦੇ ਵਿੱਚ ਰਾਤ ਨੂੰ 2 ਵਜੇ ਸਾਡੇ ਭਰਾਵਾਂ ਨੇ ਉੱਥੇ ਦਰਿਆ ਦੇ ਵਿੱਚ ਬਾਕੀ ਉਹ ਮੇਰੇ ਕੋਲ ਸਲਿੱਪ ਆਈ ਗਈ ਹੈ ਜਿਹਦੇ ਵਿੱਚ ਉਹਨਾਂ ਦੇ ਫੁੱਲ ਬੋਰੀਆਂ ਦੇ ਵਿੱਚ ਫੁੱਲ ਸੀਗੇ ਤੇ ਇਹ ਉਹਨਾਂ ਨੇ ਉਹਨਾਂ ਨੇ ਸੋਚਿਆ ਸੀ ਵੀ ਕਿਤੇ ਕਿਤੇ ਇਹਦਾ ਜਲੂਸ ਮੰਗੋਣਾ ਲੈ ਕੇ ਜਾਣ ਤੇ ਉਹਨਾਂ ਨੂੰ ਡਰ ਸੀਗਾ ਉਸ ਸਾਰੇ ਲੰਘੇ ਵੇਲੇ ਨੂੰ ਅੱਜ ਕਿਦਾਂ ਯਾਦ ਕਰਾਂ ਬਸ ਕਈ ਵਾਰ ਯਾਦ ਆ ਜਾਂਦੇ ਤੇ ਕੀ ਕਰ ਸਕਦੇ ਉਹਨਾਂ ਨੇ ਸ਼ਹਾਦਤ ਕੀਤੀ ਇਸ ਗੱਲ ਨੂੰ ਦਿਲ ਦੇ ਵਿੱਚ ਮਾਣ ਵੀ ਹੁੰਦਾ ਤੇ ਸਾਸੀ ਬੜੀ ਉਹ ਕਰਦੇ ਵੀ ਉਹਨਾਂ ਦੀ ਕੋਈ ਯਾਦਗਾਰ ਬਣੇ ਸਾਡੇ ਮਾਤਾ ਜੀ ਕਹਿੰਦੇ ਤੂੰ ਫਿਕਰ ਨਾ ਕਰ ਭਈ ਅੱਜ ਨਹੀਂ ਤਾਂ ਕਈ ਸਾਲਾਂ ਬਾਅਦ ਕਦੀ ਤਾਂ ਕੋਈ ਉਹਨਾਂ ਦੀ ਯਾਦਗਾਰ ਬਣੀ। ਤੇ ਬਸ ਦਿਲ ਦੇ ਵਿੱਚ ਕੋਈ ਹਲਵਾ ਹੈ ਵੀ ਉਹਨਾਂ ਦੀ ਕੋਈ ਯਾਦਗਾਰ ਬਣੇ। ਵੀ ਜਿਸ ਕੰਮ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਸੀ ਜਿਸ ਜਿਹੜਾ ਬਦਲਾ ਲਿੱਤਾ ਹੈ। ਵੀ ਆਉਣ ਵਾਲੀ ਨਸਲਾਂ ਬੱਚੇ ਦੇਖਣ ਤਾਂ ਸਹੀ ਵੀ ਇਹ ਕਿਹੜੇ ਯੋਧੇ ਸੀਗੇ ਜਿਨ੍ਹਾਂ ਨੇ ਵੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤਾਜ ਨੂੰ ਹੱਥ ਪਾਇਆ। ਜਦੋਂ ਆਪਣਾ ਨੇ ਦੇਖਿਆ ਸਾਡਾ ਅਕਾਲ ਤਖਤ ਖਤਰੇ 'ਚ ਹੈ ਸਾਡੇ ਅਕਾਲ ਤਖਤ ਨੂੰ ਹੱਥ ਪਾਇਆ ਤੇ ਉਹਨਾਂ ਨੇ ਵੀ ਫਿਰ ਕੋਈ ਛੋੜਿਆ ਨਹੀਂ ਉਹਨਾਂ ਨੇ ਵੀ ਸਿੱਧਾ ਇੱਕ ਉਹਨਾਂ ਦੇ ਤਾਜ ਨੂੰ ਹੀ ਹੱਥ ਪਾਇਆ ਆਪਣਾ ਬਦਲਾ ਲਿੱਤਾ ਸਾਨੂੰ ਸੁਣ ਰਿਹਾ ਹੈ ਦਰਸ਼ਕਾਂ ਤੱਕ ਦੱਸ ਦਈਏ ਕਿ ਜਿਵੇਂ ਸਰਪੰਦਾ ਸਤਵੰਦ ਸਿੰਘ ਭਾਵਕ ਹੋ ਗਏ ਪਿਤਾ ਦੀ ਯਾਦ ਵਿੱਚ ਉਸ ਸ਼ਹਾਦਤ ਨੂੰ ਖੇਤੇ ਕਰਦੇ ਹੋਏ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਸ਼ਹੀਦ ਭਾਈ ਕੇਰ ਸਿੰਘ ਉਹਨਾਂ ਦੀ ਤਸਵੀਰ ਮੈਂ ਸਾਹਮਣੇ ਲੱਗੀ ਵੇਖ ਰਿਹਾ ਇਹਦੇ ਵਿੱਚ ਬਹੁਤ ਖਿੜਕੇ ਹੱਸਦੇ ਹੋਏ ਨਜ਼ਰ ਆ ਰਹੇ ਇਹ ਚੜ੍ਹਦੀ ਕਲਾ ਦਾ ਇਹ ਪ੍ਰਤੀਕ ਹੋਣ ਦੇ ਚਿੰਨ੍ਹ ਨੇ ਜਿਵੇਂ ਨੇ ਦੱਸਿਆ ਕਿ ਜਦੋਂ ਆਖਰੀ ਮੁਲਾਕਾਤ ਕਰਕੇ ਆਏ ਤਾਂ ਉਹਨਾਂ ਦੇ ਚਿਹਰੇ ਉੱਤੇ ਕੋਈ ਅਫਸੋਸ ਵਾਲੇ ਚਿੰਨ੍ਹ ਨਹੀਂ ਸਨ ਬਲਕਿ ਜਿਵੇਂ ਕੋਈ ਬੇਪਰਵਾਹ ਯੋਦਾ ਫਾਂਸੀ ਵੱਲ ਵਧ ਰਿਹਾ ਹੋਵੇ ਅਜਿਹੀ ਹੀ ਹਾਪਾ ਸ਼ਹੀਦ ਭਾਈ ਸਤਵੰਤ ਸਿੰਘ ਜੀ ਸਾਹਿਬ ਸੋ ਇਹ ਜਿਹੜੀਆਂ ਵੱਡਮੁੱਲੀਆਂ ਗੱਲਾਂ ਅਸੀਂ ਜਦੋਂ ਆਮ ਤੌਰ ਤੇ ਕੋਈ ਬੰਦਾ ਕਿਸੇ ਨਾਲ ਕਿਸੇ ਹੋਰ ਮਸਲੇ ਤੇ ਗੱਲ ਕਰੇ ਹੋ ਸਕਦਾ ਉਸ ਗੱਲ ਦਾ ਕੋਈ ਇਨਾ ਅਰਥ ਨਾ ਹੋਵੇ ਪਰ ਜਦੋਂ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਨੂੰ ਯਾਦ ਰੱਖਣਾ ਤਾਂ ਉਸ ਨੂੰ ਯਾਦ ਰੱਖਣ ਲਈ ਯਤਨ ਕੀਤੇ ਜਾਣੇ ਚਾਹੀਦੇ ਸ਼ਹੀਦ ਭਾਈ ਕੇਰ ਸਿੰਘ ਦਾ ਪਰਿਵਾਰ ਚਾਹੁੰਦਾ ਕਿ ਕੌਮ ਸ਼ਹੀਦ ਭਾਈ ਕੀਰ ਸਿੰਘ ਭਾਈ ਸਤਵੰਦ ਸਿੰਘ ਭਾਈ ਬੀਨ ਸਿੰਘ ਦੀ ਜਿਹੜੀ ਕੋਈ ਯਾਦ ਆ ਉਸ ਨੂੰ ਸਥਾਪਿਤ ਕਰੇ ਬੇਸ਼ੱਕ ਯਾਦਗਾਰੇ ਸ਼ਹੀਦਾਂ ਗੁਰਦੁਆਰਾ ਸਾਹਿਬ ਪਿੰਡ ਅਗਵਾਨ ਦੇ ਵਿੱਚ ਸਥਾਪਿਤ ਆ ਪਰ ਇਸ ਦਿੱਲੀ ਦੀ ਧਰਤੀ ਦੇ ਉੱਤੇ ਭਾਈ ਸਾਹਿਬ ਜਿਹੜੀ ਗੱਲ ਦਿੱਲੀ ਬਾਰੇ ਤੁਸੀਂ ਤੋੜ ਰਹੇ ਹੋ ਤੋੜਦੇ ਹੋ ਕਿੱਥੇ ਚਾਹੁੰਦੇ ਹੋ ਅਸਲ ਵਿੱਚ ਉਹਨਾਂ ਦੀ ਯਾਦ ਸ਼ਹੀਦਾਂ ਦੀ ਕਿੱਥੇ ਬਣਨੀ ਚਾਹੀਦੀ ਕੋਈ ਦਿੱਲੀ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਕੀਤਾ ਤੇ ਦਿੱਲੀ ਦੇ ਵਿੱਚ ਔਰੰਗਜ਼ੇਬ ਦੀ ਕੋਈ ਉਹ ਨਹੀਂ ਹੈਗੀ ਯਾਦਗਾਰ ਉਹਨਾਂ ਦਾ ਜਿਹੜੀ ਸਮਾਦ ਵੀ ਹੈ ਉਹ ਵੀ ਔਰੰਗਾਬਾਦ ਦੇ ਵਿੱਚ ਉਹ ਵੀ ਸੁਨਸਾਨ ਪਈ ਹੈ। ਔਰ ਗੁਰਤੇਗ ਬਹਾਦਰ ਜੀ ਦੇ ਦੇਖੋ 24 ਘੰਟੇ ਲੋਕੀ ਦਰਸ਼ਨ ਕਰਨ ਜਾਂਦੇ ਸਭ ਉੱਥੇ ਤੋਂ ਗੁਰੂ ਅਕੀਰਤ ਸਾਹਿਬ ਤੇ ਮੈਂ ਵੀ ਇਹੀ ਚਾਹਣਾ ਇੱਕ ਜਿਸ ਦੇਸ਼ ਦੀ ਪ੍ਰਧਾਨ ਮੰਤਰੀ ਨੇ ਸਿੱਧਾ ਸਾਡਾ ਅਕਾਲ ਤਖਤ 'ਤੇ ਟੈਟਰੀ ਕੀਤਾ ਵੇ ਉਹ ਉਹਨਾਂ ਨਾਲ ਜਿਨ੍ਹਾਂ ਨੇ ਬਦਲਾ ਲਿੱਤਾ ਹੈ ਉਹਨਾਂ ਦੀ ਵੀ ਯਾਦਗਾਰ ਦਿੱਲੀ ਦੇ ਵਿੱਚ ਹੋਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਪਤਾ ਚੱਲ ਸਕੇ ਵੀ ਇਹ ਦੇਖੋ ਕਿਉਂਕਿ ਇਹ ਨਾ ਤੁਸੀਂ ਉਹਨੇ 30 35 ਸਾਲਾਂ ਦੇ ਵਿੱਚ ਦੇਖ ਲਿਆ ਵੀ ਇੰਦਰ ਗਾਂਧੀ ਦੀ ਕੋਈ ਹੁਣ ਕੋਈ ਮਨਾਂਦਾ ਨਹੀਂ ਹੈ ਬਰਸੀ-ਬਰਸੀ ਵੀ ਕੋਈ ਛੋ ਤੇ ਆਉਣ ਵਾਲੇ ਹੋਰ 40 50 ਸਾਲ ਬਾਅਦ ਉਹਨਾਂ ਨੂੰ ਤਾਂ ਭੁੱਲ ਜਾਣਗੇ ਲੇਕਿਨ ਸ਼ਹੀਦਾਂ ਨੂੰ ਹੀ ਹਮੇਸ਼ਾ ਯਾਦ ਰੱਖਿਆ ਜਾਏਗਾ ਤੇ ਮੈਂ ਚਾਹਣਾ ਵੀ ਇੱਕ ਤਾਂ ਤਿਆਰ ਜੇਲ੍ਹ ਦੇ ਵਿੱਚ ਹੋਰ ਵੀ ਆਪਣੇ ਸਿੰਘ ਭਰਾ ਨੇ ਸਜਾਵਾਂ ਕੱਟੀਆਂ ਉਹਨਾਂ ਨੇ ਤੇ ਉੱਥੇ ਕਈਆਂ ਨੂੰ ਫਾਂਸੀ ਵੀ ਹੋਈ ਐ ਸਿੱਖਾਂ ਨੂੰ ਤੇ ਮੈਂ ਚਾਹਾਂ ਵੀ ਉਹਦੇ ਸਾਹਮਣੇ ਕਿਤੇ ਬੰਜੇ ਵੀ ਇੱਕ ਯਾਦਗਾਰ ਐ ਵੀ ਪਤਾ ਚੱਲੇ ਵੀ ਇੱਥੇ ਸ਼ਹੀਦਾਂ ਨੂੰ ਐਨੇ ਸਾਲ ਰੱਖਿਆ ਤੇ ਫਿਰ ਉਸ ਤੋਂ ਬਾਅਦ ਸ਼ਹਾਦਤ ਉਹਨਾਂ ਨੂੰ ਉੱਥੇ ਅੰਦਰ ਹੀ ਕੀਤੀ ਐ ਤੇ ਇੱਕ ਚੀਜ਼ ਹੋਰ ਐ ਵੀ ਮੇਰੇ ਮੇਰੇ ਆਪਣੇ ਵਿਚਾਰ ਐ ਵੀ ਅੱਜ ਨਹੀਂ ਤਾਂ ਕੱਲ ਇਤਿਹਾਸ ਜੇ ਲੈ ਇੱਥੇ ਤੋਂ ਹਟੇਗੀ ਚਾਹ 100 ਸਾਲ ਬਾਅਦ ਹਟੇ ਤੇ ਉਸ ਵਕਤ ਸਾਡੀ ਉਸ ਸੇ ਜ਼ਿਆਦਾ ਆਪਣਾ ਕੋਈ ਗੁਦਵਾਰਾ ਬਣਿਆ ਹੋਏਗਾ ਤਾਂ ਅਸੀਂ ਕਿਪਤਾਨਦਰ ਵੀ ਉੱਥੇ ਕੋਈ ਦੁਵਾਰਾ ਬਣਾ ਸਕਾਂਗੇ ਖਰੀਦ ਕੇ ਚਾਹ ਤੇ ਇਹ ਮੇਰਾ ਵਿਚਾਰ ਬਾਕੀ ਆਪਣਾ ਵਿਚਾਰ ਹੈ ਅਗਰ ਬਾਬਾ ਪੂਰਾ ਕਰ ਦੇਗਾ ਤਾਂ ਵੀ ਠੀਕ ਹੈ ਵੀ ਯਾਦਗਾਰ ਹੋਣੀ ਚਾਹੀਦੀ ਹੈ ਸ਼ਹੀਦਾਂ ਦੀ ਜੀ ਸੋ ਇਹ ਗੱਲਬਾਤ ਸਰਦਾਰ ਸਤਪੰਥ ਸਿੰਘ ਨਾਲ ਅਸੀਂ ਕੀਤੀ ਪ੍ਰਾਈਮ ਟਾਈਮਸ ਤੁਸੀਂ ਵੇਖ ਰਹੇ ਹੋ ਇਹ ਗੱਲਬਾਤ ਅਜਿਹੀਆਂ ਗੱਲਾਂ ਬਾਤਾਂ ਕਰਨ ਦੇ ਅਸੀਂ ਹੋਰ ਵੀ ਯਤਨ ਕਰ ਰਹੇ ਹਾਂ ਕਿ ਤਾਂ ਜੋ ਜੋ ਬੀਤਿਆ ਸਮਾਂ ਵਾ ਅਸੀਂ ਉਸ ਤੇ ਗਵਾ ਰਹੇ ਸਿੱਖਾਂ ਨੂੰ ਰਿਕਾਰਡ ਦੇ ਉੱਤੇ ਲਿਆ ਸਕੀਏ ਕਿਉਂਕਿ ਸਾਰੀਆਂ ਗੱਲਾਂ ਕਿਸੇ ਵੇਲੇ ਸਾਰਿਆਂ ਤੱਕ ਨਹੀਂ ਪਹੁੰਚਦੀ ਅਸੀਂ ਇਹ ਯਤਨ ਕਰ ਰਹੇ ਹਾਂ ਸਾਡੇ ਯਤਨ ਤੁਹਾਨੂੰ ਕਿਵੇਂ ਦੇ ਲੱਗ ਰਹੇ ਹਨ ਤੁਸੀਂ ਹੋਰ ਕੁਝ ਅਜਿਹੇ ਵਿਚਾਰ ਹੇਠਾਂ ਟਿੱਪਣੀ ਦੇ ਵਿੱਚ ਦੱਸ ਸਕਦੇ ਹੋ ਜੇ ਕੋਈ ਸਵਾਲ ਰਹਿ ਗਏ ਹੋਣ ਤਾਂ ਉਹ ਟਿੱਪਣੀ ਦੇ ਰੂਪ ਦੇ ਵਿੱਚ ਜਦੋਂ ਆਉਣਗੇ ਤਾਂ ਅਸੀਂ ਦੋਹਰੇ ਕੋਸ਼ਿਸ਼ ਵੀ ਕਰ ਸਕਦੇ ਹਾਂ ਕਿ ਸ਼ਹੀਦ ਭਾਈ ਕੇਰ ਸਿੰਘ ਜਾਂ ਹੋਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨ ਹੋ ਸਕਦਾ ਕਿ ਸਾਡੀ ਮਤਬੋਧਾ ਕੇਰਾ ਉੱਥੋਂ ਤੱਕ ਨਾ ਪਹੁੰਚਦਾ ਹੋਵੇ ਕੁਝ ਅਜਿਹੇ ਸਵਾਲ ਜਿਹੜੇ ਸ਼ਹੀਦ ਭਾਈ ਕੇਰ ਸਿੰਘ ਦੀ ਅਜ਼ੀਮ ਸਖਸ਼ੀਅਤ ਨਾਲ ਜੁੜੇ ਹੋਣ ਤੁਸੀਂ ਉਹ ਵੀ ਰੱਖ ਸਕਦੇ ਹੋ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਗੱਲਾਂ ਬਾਤਾਂ ਨੂੰ ਜਾਰੀ ਰੱਖੀਏ ਸੋ ਇਸ ਗੱਲ ਦਾ ਇਹ ਨਿਚੋੜ ਨਿਕਲ ਕੇ ਸਾਹਮਣੇ ਆਇਆ ਕਿ ਸ਼ਹੀਦ ਭਾਈ ਕੇਰ ਸਿੰਘ ਦਾ ਪਰਿਵਾਰ ਚਾਹੁੰਦਾ ਕਿ ਭਾਈ ਸਾਹਿਬ ਦੀ ਜਿਹੜੀ ਯਾਦ ਆ ਉਹ ਤਿਹਾਰ ਜੀਲ ਦੇ ਸਾਹਮਣੇ ਬਣੇ ਸੋ ਕੌਮ ਲਈ ਫਿਕਰਮੰਦ ਅਤੇ ਕੌਮ ਦੇ ਆਗੂ ਇਸ ਦਾ ਕੀ ਰਿਸਪੌਂਸ ਦਿੰਦੇ ਆ ਕੀ ਰਿਐਕਸ਼ਨ ਦਿੰਦੇ ਆ ਸਾਨੂੰ ਇਸ ਗੱਲ ਦੀ ਵੀ ਉਡੀਕ ਰੱਖਣੀ ਚਾਹੀਦੀ ਆ ਇਸ ਦੇ ਨਾਲ ਹੀ ਜਿਹੜੇ ਸਿੱਖ ਕਾਰਕੁਨ ਐ ਸਿ ਹੈਕਟਿਵਿਸਟ ਆ ਉਹਨਾਂ ਨੂੰ ਇਹ ਸਮੇਂ-ਸਮੇਂ ਤੇ ਆਵਾਜ਼ ਜ਼ਰੂਰ ਉਠਾਉਣੀ ਪੈਣੀ ਆ ਤੇ ਚਾਹੀਦੀ ਵੀ ਆ ਸੋ ਆਖਰ ਦੇ ਵਿੱਚ ਕੋਈ ਹੋਰ ਗੱਲ ਰਹਿ ਗਈ ਹੋਵੇ ਤੇ ਤੁਸੀਂ ਆਪਣੇ ਦਿਲ ਦੇ ਬਲਬਲੇ ਸਾਂਝੇ ਕਰ ਸਕਦੇ ਹੋ ਨਹੀਂ ਬਸ ਗੱਲ ਤਾਂ ਸਾਰੀਆਂ ਹੋ ਗਈ ਹੈ ਜੀ ਪਰ ਇੱਕ ਗੱਲ ਮੈਂ ਦੱਸਣਾ ਚਾਹਣਾ ਵੀ ਜਿਹੜੀ ਸਾਡੇ ਸਾਨੂੰ ਪਿਤਾ ਜੀ ਨੇ ਸਾਡੀ ਤਿਆੜ ਜੇਲ੍ਹ ਦੇ ਵਿੱਚ ਦੱਸੀ ਸੀ ਉਹ ਕਹਿੰਦੇ ਸੀ ਮਨੂ ਜੀ ਟੌਰਚਰ ਕਰਦੇ ਸੀ ਲਾਲ ਕਿਲੇ ਲੈ ਕੇ ਜਾਂਦੇ ਸੀ ਤੇ ਲਾਲ ਕਿਲੇ ਦੇ ਵਿੱਚ ਟੌਰਚਰ ਰੂਮ ਸੀਗਾ ਤੇ ਉੱਥੇ ਇੱਕ ਦਿਨ ਮਨੂ ਐਨਾ ਟੌਰਚਰ ਕੀਤਾ ਕਿ ਮੈਂ ਹੱਦ ਤੋਂ ਬਰਦਾਸ਼ਤ ਹੋ ਗਿਆ ਮੇਰੇ ਤੇ ਮੈਂ ਪਰਮਾਤਮਾ ਅਗੇ ਅਰਦਾਸ ਕੀਤੀ ਵੀ ਪਰਮਾਤਮਾ ਤੂੰ ਤਾਂ ਆਪਣੇ ਸਿੱਖਾਂ ਦੇ ਕੋਲ ਪਹੁੰਚ ਕੇ ਉਹਨਾਂ ਦਾ ਬਚਾਅ ਕਰਦਾ ਹੈ ਵੀ ਅੱਜ ਮੈਨੂੰ ਇੰਨਾ ਇਨਾਂ ਨੇ ਟੌਰਚਰ ਕੀਤਾ ਵੀ ਅੱਜ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਵੀ ਤੂੰ ਕੁਝ ਕਰਾ ਆ ਕੇ ਤੇ ਕਹਿੰਦੇ ਥੋੜੀ ਦੇਰ ਦੇ ਵਿੱਚ ਮੈਨੂੰ ਐਦਾ ਆਵਾਜ਼ ਆਈ ਜਿਦਾ ਗੁਰਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਟਾਪਾ ਦੀ ਆਵਾਜ਼ ਆ ਰਹੀ ਖਟ 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 ਤੇ ਇਕਦਮ ਇੱਕ ਅੰਦਰ ਇੱਕ ਸਿੱਖ ਇਨਸਪੈਕਟਰ ਆਇਆ ਉਹਨਾਂ ਨੇ ਜਦ ਮੈਨੂੰ ਦੇਖਿਆ ਉਹ ਕਹਿੰਦੇ ਵੀ ਇਹ ਕੌਣ ਹੈ ਉਹਨਾਂ ਨੇ ਕਿਹਾ ਵੀ ਕੇਰ ਸਿੰਘ ਜੀ ਇਹ ਉਹਨਾਂ ਨੇ ਕਹਿੰਨ ਕੋ ਵਾਪਸ ਉਧਰ ਯਮਨਾ ਵੈਲਡਰਮ ਭੇਜੋ ਤੇ ਕਹਿੰਦੇ ਮੈਂ ਉਹ ਯਾਨੀ ਉਹ ਅਰਦਾਸ ਮੇਰੀ ਬਾਬੇ ਨੇ ਪੂਰੀ ਕੀਤੀ ਨਹੀਂ ਤਾਂ ਉਸ ਦਿਨ ਕਹਿੰਦੇ ਮੈਂ ਬਹੁਤ ਯਾਨੀ ਟੌਰਚਰ ਕਰ ਕਰਕੇ ਉਹਨਾਂ ਨੇ ਮੰਨੂ ਬੜਾ ਕੀਤਾ ਹੋਇਆ ਸੀ ਇੱਕ ਗੱਲ ਮੈਨੂੰ ਚੇਤੇ ਆ ਗਈ 1984 ਤੋਂ ਬਾਅਦ ਕੋਈ ਬਾਜ ਦੇ ਆਉਣ ਦਾ ਵਰਤਾਰਾ ਵਾਪਰਿਆ ਹਾਂ ਜੀ ਤਾਂ ਕੀ ਜਾਦਿਆ ਤੇ ਆਪਣੇ ਇਹਨਾਂ ਸ਼ਹੀਦਾਂ ਬਾਰੇ ਪਾਈ ਬਿਆਨ ਸਿੰਘ ਪਾਈ ਸਤਵੰਦ ਸਿੰਘ ਪਾਈ ਕੇਰ ਸਿੰਘ ਉਹਨਾਂ ਨਾਲ ਜੁੜ ਕੇ ਬਾਜ ਵਾਲੀ ਗੱਲ ਕਹੀ ਜਾਂਦੀ ਆ ਉਹ ਗੱਲ ਅਸਲ ਚ ਕੀ ਆ ਕੀ ਬਾਜ ਨੇ ਆਪਣਾ ਕੋਈ ਆਮਦ ਦੱਸੀ ਕਿਉਂਕਿ ਸਿੱਖਾਂ ਦੇ ਵਿੱਚ ਬਾਜ ਨੂੰ ਅਸੀਂ ਬਾਜਾਂ ਵਾਲੇ ਸਤਿਗੁਰੂ ਦੇ ਨਾਲ ਜੋੜ ਕੇ ਵੇਖਦੇ ਆ ਮਹਾਰਾਜ ਨੇ ਬਾਜ ਰੱਖਿਆ ਹੋਇਆ ਸੀ ਬਾਜ ਉੱਚੀਆਂ ਉਡਾਰੀਆਂ ਲਾਉਂਦਾ ਅਤੇ ਬਾਜ ਆਜ਼ਾਦ ਪੰਛੀ ਆ ਸੋ ਇਹ 1984 ਦੇ ਵਿੱਚ ਜਦੋਂ ਬਾਜ ਦੀ ਆਮਦ ਹੋਈ ਆ ਦਿੱਲੀ ਦੇ ਵਿੱਚ ਵਕਫ ਵਕਫ ਥਾਵਾਂ ਤੇ ਸਿੱਖ ਇਕੱਠੇ ਹੋ ਕੇ ਬਾਜ ਨੂੰ ਵੇਖਣ ਲਈ ਜਾਂਦੇ ਸਨ ਜੋ ਜੋ ਗੱਲਾਂ ਵਾਪਰੀਆਂ ਉਹ ਸਮੇਂ ਅਸੀਂ ਸ਼ਹੀਦ ਭਾਈ ਕਿਰ ਸਿੰਘ ਹੁਣਾ ਦੇ ਪੁੱਤਰ ਸਰਦਾਰ ਸਤਵੰਦ ਸਿੰਘ ਦੀ ਜ਼ੁਬਾਨੀ ਸੁਣਨਾ ਚਾਹੁੰਦੇ ਆ ਜੀ ਸਾਨੂੰ ਜ਼ਰੂਰ ਦੱਸੋ ਉਸ ਵੇਲੇ ਜਿਹੜਾ ਬਾਜ ਦਾ ਗ੍ਰੰਥਾਂਤ ਵਾਪਰ ਉਹ ਯਾਨੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਾਡੇ ਪਿਤਾ ਜੀ ਦਾ ਡੇਲੀ ਬੰਗਲਾ ਸਾਹਿਬ ਜਾਂਦੇ ਸੀ ਤੇ ਉਹਨਾਂ ਨੇ ਸਾਨੂੰ ਘਰ ਆ ਕੇ ਦੱਸੇ ਵੀ ਅੱਜ ਗੁਰਦੁਆਰੇ ਬੰਗਲਾ ਸਾਹਿਬ ਬਾਜ ਆਇਆ ਤੇ ਅਸੀਂ ਫਿਰ ਉਹਨਾਂ ਤੋਂ ਪੁੱਛਿਆ ਵੀ ਕਿੰਦਾ ਕਹਿੰਦੇ ਉਹ ਨਿਸ਼ਾਨ ਸਾਹਿਬ ਦੇ ਕੋਲ ਬੈਠਾ ਰਿਹਾ ਉੱਥੇ ਉਹ ਕਦੀ ਉੱਪਰ ਕਦੀ ਥੱਲੇ ਤੇ ਫਿਰ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਫੇਰ ਸਾਡੇ ਕਿ ਪਿਤਾ ਪਿਤਾਏ ਦਾ ਦਫਤਰ ਬੰਗਲਾ ਸਾਹਿਬ ਦੇ ਕੋਲ ਸੀ ਤੇ ਉਹੀ ਦੱਸਦੇ ਵੀ ਕਹਿੰਦੇ ਉੱਥੇ ਗੱਲਾਂ ਕਰਦੇ ਸੀ ਵੀ ਗੁਰਦੁਆਰਾ ਰਕਾਬਗਨ ਸਾਹਿਬ ਵੀ ਬਾਜ ਆਇਆ ਗੁਰਦੁਆਰਾ ਨਾਨਕਪਿਆਉ ਵੀ ਬਾਜ ਆਇਆ ਇੱਕ ਮਾਨਸਰੂਵਰ ਗਾਰਡਨ ਉੱਥੇ ਵੀ ਬਹੁਤ ਬਜ਼ੁਰਗ ਬਾਜ ਆਇਆ ਹੋਇਆ ਸੀ ਤੇ ਆਪਣਾ ਗੁਰਦੁਆਰਾ ਮੋਤੀ ਬਾਗ ਵੀ ਇੱਕ ਬਾਜ ਆਇਆ ਸੀ ਉਹ ਮੈਂ ਵੀ ਉੱਥੇ ਉੱਥੇ ਦਰਸ਼ਨ ਕੀਤੇ ਉਸਦੇ ਬਾਅਦ ਤੇ ਅਸੀਂ ਪਿਤਾ ਜੀ ਨੂੰ ਪੁੱਛਿਆ ਵੀ ਵੀ ਅਸੀਂ ਪਹਿਲਾਂ ਤਾਂ ਕਦੀ ਇਹ ਦੇਖੇ ਨਹੀਂ ਬਾਜ ਵੀ ਐਦਾਂ ਵੀ ਆਇਆ ਹੋ ਤੇ ਉਹ ਸਾਡੇ ਪਿਤਾ ਜੀ ਕਹਿੰਦੇ ਕੋਈ ਸਾਨੂੰ ਸੂਚਨਾ ਦੇਣ ਆਇਆ ਵੀ ਕੋਈ ਗੁਰਗੋਬਿੰਦ ਸਿੰਘ ਜੀ ਦੀ ਕੋਈ ਸੂਚਨਾ ਵੀ ਕੋਈ ਦੇਰ ਆਇਆ ਅਸੀਂ ਸਮਝੇ ਨਹੀਂ ਅਸੀਂ ਉਸ ਵਕਤ ਬੱਚੇ ਸੀ ਸਾਨੂੰ ਕੀ ਪਤਾ ਸੀ ਤੇ ਬਾਜ ਆਇਆ ਸੀ ਤੇ ਉਸ ਤੋਂ ਬਾਅਦ ਬਾਜੀ ਬਦਲ ਚੱਲੇ ਸਾਨੂੰ ਕੋਰਟ ਦੇ ਵਿੱਚ ਜਦ ਵੀ ਭਾਈ ਬਿਆਨ ਸਿੰਘ ਦੇ ਦਫਤਰ ਦੇ ਵਿੱਚ ਇੰਦਰਾ ਗਾਂਧੀ ਦੀ ਕੋਠੀ ਤੇ ਬਾਜ ਆਇਆ ਸੀ ਤੇ ਉੱਥੇ ਜਿੰਨੇ ਵੀ ਸਿਕਿਉਰਿਟੀ ਸਿੱਖ ਵਾਲੇ ਸੀ ਉਹਨਾਂ ਨੇ ਅਰਦਾਸ ਕੀਤੀ ਉਹ ਉਹਨੂੰ ਤੇ ਉਹ ਵੀ ਇਹੀ ਵੀ ਉੱਥੇ ਸਿਕਿਉਰਿਟੀ ਦੇ ਉੱਥੇ ਵੀ ਬਾਜ ਆਇਆ ਸੀ ਇੰਦਰਾ ਗਾਂਧੀ ਦੀ ਕੋਠੀ ਤੇ ਜੀ ਸੋ ਇਹ ਬਾਜ ਨਾਲ ਜੁੜੀ ਹੋਈ ਗੱਲ ਆਪਾਂ ਸੁਣੀ ਆ ਸੋ ਆਖਰ ਦੇ ਵਿੱਚ ਇਸ ਗੱਲਬਾਤ ਨੂੰ ਸੁਣ ਰਹੇ ਸਾਰੇ ਸਿੱਖਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਗੱਲਬਾਤ ਆਪਣੇ ਹੋਰਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰੋ ਜੇ ਇਹ ਗੱਲਬਾਤ ਤੁਹਾਨੂੰ ਪਸੰਦ ਲੱਗੀ ਕਿ ਤੁਸੀਂ ਸ਼ਹੀਦ ਸ਼ਹੀਦਾਂ ਦੀ ਯਾਦ ਵਿੱਚ ਕੁਝ ਸਮਾਂ ਆਪਣਾ ਸਫਲ ਕੀਤਾ ਤਾਂ ਆਪਣੇ ਮਿੱਤਰਾਂ ਤੱਕ ਇਹ ਗੱਲ ਜ਼ਰੂਰ ਦੱਸੋ ਤਾਂ ਜੋ ਜਿਹੜੀ ਸੱਚ ਦੀ ਗੱਲ ਆ ਜੋ ਯੋਧਿਆਂ ਦੀ ਗੱਲ ਆ ਸੱਚੀ ਸੁੱਚੀ ਗੱਲ ਆ ਉਹ ਸਾਰੇ ਜਗਤ ਵਿੱਚ ਜਾ ਸਕੇ ਸੋ ਆਖਰ ਦੇ ਵਿੱਚ ਫਤਿਹ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ